ਪੇਂਡੂ ਆਸਟ੍ਰੇਲੀਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫੇਰ ਸਵਾਗਤ ਹੈ ਜੀ ਮੇਰੇ ਵੱਲੋਂ ਜਾਣੀ ਕਿ ਮਿੰਟੂ ਬਰਾੜ ਬੰਨਿਓ। ਅੱਜ ਇਸ ਖਾਸ ਪ੍ਰੋਗਰਾਮ ਦੇ ਵਿੱਚ ਇੱਕ ਅਸੀਂ ਖਾਸ ਮੁਲਾਕਾਤ ਤੁਹਾਡੇ ਲਈ ਲੈ ਕੇ ਆਏ ਹਾਂ ਤੇ ਖਾਸ ਮੁਲਾਕਾਤ ਤੁਹਾਨੂੰ ਪਤਾ ਅਸੀਂ ਸਾਡਾ ਜਿਹੜਾ ਸ਼ੋਅ ਦੇ ਫਾਰਮੈਟ ਆ ਇੱਕ ਵੱਖਰੇ ਕਿਸਮ ਦੇ ਫਾਰਮੈਟ ਆ ਪਰ ਕਦੇ ਕਦੇ ਕੁੱਝ ਕੁ ਮੁੱਦੇ ਇਹੋ ਜਿਹੇ ਆ ਜਾਂਦੇ ਆ ਕੁੱਝ ਕੁ ਗੱਲਾਂ ਹੀ ਇਹੋ ਜਿਹੀਆਂ ਆ ਜਾਂਦੀਆਂ ਜਿਹੜੀਆਂ ਕਿ ਤੁਹਾਨੂੰ ਧੁਰ ਅੰਦਰੋਂ ਹਿਲਾ ਦਿੰਦੀਆਂ ਤੇ ਜਿਹੜਾ ਸਾਡਾ ਇੱਕ ਜ਼ਿੰਦਗੀ ਦਾ ਫਲਸਫਾ ਵੀ ਅਸੀਂ ਜੇ ਹੁਣ ਨਾ ਬੋਲੇ ਤਾਂ ਫਿਰ ਕਦੋਂ ਬੋਲਾਂਗੇ ਉਸ ਫਲਸਫੇ ਤਹਿਤ ਸਾਨੂੰ ਫਿਰ ਕਿਤੇ ਨਾ ਕਿਤੇ ਬੋਲਣਾ ਪੈਂਦਾ ਤੇ ਲੀਹ ਤੋਂ ਹਟ ਕੇ ਵੀ ਬੋਲਣਾ ਪੈਂਦਾ। ਚੈਨਲ ਸਾਡਾ ਖੇਤੀ ਨਾਲ ਸੰਬੰਧਿਤ ਆ, ਚੈਨਲ ਸਾਡਾ ਇੰਟਲੈਕਚੁਅਲ ਕਈ ਵਾਰੀ ਜਿਹੜੇ ਧਾਰਮਿਕ ਵਿਸ਼ਿਆਂ ਨਾਲ ਸੰਬੰਧਿਤ ਹੋ ਜਾਂਦਾ, ਸਾਹਿਤ ਨਾਲ ਸੰਬੰਧਿਤ ਹੋ ਜਾਂਦਾ, ਪਰ ਨਾਲ ਨਾਲ ਜਿਹੜਾ ਗਾਉਣ ਵਜਾਉਣ ਦੀਆਂ ਗੱਲਾਂ ਵੀ ਕਿਤੇ ਨਾ ਕਿਤੇ ਤੁਹਾਨੂੰ ਧੁਰ ਅੰਦਰ ਜਿਹੜੀ ਤਾਰ ਹਿਲਾ ਜਾਂਦੀਆਂ ਤਾਂ ਫਿਰ ਤੁਹਾਡਾ ਦਿਲ ਕਰਦਾ ਵੀ ਆਪਾਂ ਲੀਹ ਤੋਂ ਹਟ ਕੇ ਵੀ ਕੁਛ ਕਰੀਏ। ਸੋ ਅੱਜ ਦੀ ਇਸ ਇੰਟਰਵਿਊ ਨੂੰ ਅਸੀਂ ਲੀਹ ਤੋਂ ਹਟ ਕੇ ਇੰਟਰਵਿਊ ਮੰਨ ਰਹੇ ਹਾਂ ਤੇ ਅੱਜ ਦੀ ਇਸ ਇੰਟਰਵਿਊ ਦਾ ਕਾਰਨ ਵੀ ਜਿਹੜਾ ਅੱਜ ਕੱਲ੍ਹ ਬਹੁਤ ਚਰਚਿਤ ਪੰਜਾਬ ਦੇ ਵਿੱਚ ਸ਼ਬਦ ਆ ਰਿਹਾ ਬੰਬੀਹਾ। ਬੰਬੀਹਾ ਸ਼ਬਦ ਕੋਈ ਅੱਜ ਕੱਲ੍ਹ ਦੀ ਸ਼ਾਇਦ ਨੌਜਵਾਨ ਪੀੜ੍ਹੀ ਨੂੰ ਲੱਗੇ ਵੀ ਇਹ ਹੁਣੇ ਕੋਈ ਤਾਜ਼ਾ ਸ਼ਬਦ ਆ ਜਾਂ ਹੁਣੇ ਇਹ ਗੱਲ ਹੋਈ ਆ, ਪਰ ਇਹ ਗੱਲ ਨਹੀਂ ਹੈ। ਇਹ ਸਦੀਆਂ ਤੋਂ ਬੰਬੀਹਾ ਬੋਲਦਾ ਰਿਹਾ ਤੇ ਸਦੀਆਂ ਤੋਂ ਸਾਡੇ ਜਿਹੜੀ ਇੱਕ ਵਿਸ਼ੇਸ਼ ਸਾਡੇ ਲਈ ਇਹਨੇ ਥਾਂ ਬਣਾਈ ਹੋਈ ਆ। ਜੇ ਅਸੀਂ ਹੋਰ ਨਾ ਗੱਲ ਕਰੀਏ ਤਾਂ ਗੁਰਬਾਣੀ ਦੀ ਗੱਲ ਕਰੀਏ ਤਾਂ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਬੰਬੀਹੇ ਦਾ ਜਿਹੜਾ ਜ਼ਿਕਰ ਆ ਬਹੁਤ ਥਾਂ ਤੇ ਪੜ੍ਹ ਸਕਦੇ ਹੋ ਤੇ ਬਹੁਤ ਸਾਰੀਆਂ ਉਦਾਹਰਨਾਂ ਦੇ ਵਿੱਚ ਲੈ ਸਕਦੇ ਹੋ। ਬੰਬੀਹੇ ਦੇ ਬਾਰੇ ਚ ਮੈਂ ਜ਼ਿਆਦਾ ਗੱਲ ਨਹੀਂ ਕਰਦਾ, ਬੰਬੀਹੇ ਅੱਜ ਕੱਲ੍ਹ ਦੇ ਬੰਬੀਹੇ ਤੇ ਆਪਾਂ ਗੱਲਬਾਤ ਕਰਨੀ ਆ, ਪਰ ਜੇ ਬੰਬੀਹੇ ਦੀ ਜੇ ਗੱਲ ਕਰੀਏ ਤਾਂ ਇਹ ਉਹ ਜਾਨਵਰ ਆ ਜੀ ਜਿਹਨੂੰ ਸਭ ਤੋਂ ਫੋਕਸਡ, ਜਿਹਨੂੰ ਸਭ ਤੋਂ ਟਾਰਗੇਟ ਦੇ ਉੱਤੇ ਫੋਕਸ ਰੱਖਣ ਵਾਲਾ ਜਾਨਵਰ ਮੰਨਿਆ ਜਾਂਦਾ। ਕਹਿੰਦੇ ਮੀਂਹ ਪੈਂਦਾ, ਹਜ਼ਾਰਾਂ ਬੂੰਦਾਂ ਪਾਣੀ ਦੀਆਂ ਡਿੱਗਦੀਆਂ, ਪਰ ਉਹ ਇੱਕ ਸਵਾਤੀ ਬੂੰਦ ਨੂੰ ਦੇ ਉੱਤੇ ਟਾਰਗੇਟ ਕਰਕੇ ਬਹਿ ਜਾਂਦਾ। ਇਹ ਇੱਕ ਬਹੁਤ ਵੱਡੀ ਗੱਲ ਆ ਤੇ ਖਾਸ ਕਰਕੇ ਇਨਸਾਨੀ ਫਿਤਰਤ ਆ ਵੀ ਅਸੀਂ ਆਪਦੇ ਆਲੇ ਦੁਆਲੇ ਸਿੱਖਦੇ ਹਾਂ, ਜਾਨਵਰਾਂ ਤੋਂ, ਪੰਛੀਆਂ ਤੋਂ, ਹਰ ਚੀਜ਼ ਤੋਂ ਸਿੱਖਦੇ ਹਾਂ ਤੇ ਇਹ ਕਿਹੋ ਜਿਹਾ ਪੰਛੀ ਆ ਜਿਹੜਾ ਕਿ ਆਪ ਸਾਨੂੰ ਸਿਖਾਉਂਦਾ ਵੀ ਟਾਰਗੇਟ ਕਿਵੇਂ ਕਰਨਾ, ਆਪਦੇ ਫੋਕਸ ਤੇ ਕਿਵੇਂ ਰਹਿਣਾ। ਸੋ ਅੱਜ ਕੱਲ੍ਹ ਜਿਹੜੀ ਇਹ ਬੰਬੀਹੇ ਦੀ ਤਾਂ ਮੈਂ ਤੁਹਾਨੂੰ ਇਹ ਦੱਸ ਦਿੰਦਾ, ਪਰ ਅੱਜ ਕੱਲ੍ਹ ਜਿਹੜਾ ਬੰਬੀਹਾ ਉਹ ਕਿਸੇ ਹੋਰ ਰੂਪ ਚ ਬੋਲ ਰਿਹਾ ਤੇ ਉਹਨੂੰ ਕਿਸੇ ਹੋਰ ਰੂਪ ਚ ਵਰਤਿਆ ਜਾ ਰਿਹਾ। ਮਾੜੀ ਗੱਲ ਨਹੀਂ ਹੈ, ਲੋਕ ਗੀਤਾਂ ਦਾ ਹਿੱਸਾ ਜੁਗਨੂੰ ਵੀ ਬਣਦੀ ਆਈ ਆ, ਬੰਬੀਹਾ ਵੀ ਬਣਦਾ ਆ ਤੇ ਅੱਜ ਵੀ ਇਹ ਬੰਬੀਹਾ ਬਣਿਆ ਹੋਇਆ ਤੇ ਕੁਝ ਕੁ ਦਿਨ ਪਹਿਲਾਂ ਬਹੁਤ ਚਰਚਿਤ ਗਾਇਕ ਸਿੱਧੂ ਮੂਸੇਵਾਲਾ ਉਹਨਾਂ ਨੇ ਇੱਕ ਬੰਬੀਹਾ ਉਹਨਾਂ ਨੇ ਅੰਮ੍ਰਿਤ ਮਾਨ ਨਾਲ ਰਲ ਕੇ ਬੰਬੀਹਾ ਗੀਤ ਗਾਇਆ, ਕਾਫੀ ਚਰਚਾ ਚ ਆਇਆ। ਦੇਖੋ ਇਹ ਇੱਕ ਅੱਡ ਵਿਸ਼ਾ, ਉਸ ਵਿਸ਼ੇ ਦੇ ਉੱਤੇ ਸਾਨੂੰ ਕੋਈ ਪ੍ਰੋਬਲਮ ਨਹੀਂ, ਕਿਸੇ ਗੱਲ ਦੀ ਕੋਈ ਕਿਸੇ ਰੌਲਾ ਨਹੀਂ ਹੈ, ਪਰ ਅਸਲ ਦੇ ਵਿੱਚ ਜਿਹੜਾ ਬੰਬੀਹਾ ਹੋਣਾ ਚਾਹੀਦਾ ਸੀ ਜਾਂ ਜਿਹੜਾ ਬੰਬੀਹੇ ਦਾ ਟਾਰਗੇਟ ਆ ਜਾਂ ਬੰਬੀਹੇ ਨੂੰ ਅਸੀਂ ਉਹਦੇ ਸਿੰਬਲ ਨੂੰ ਵਰਤਿਆ, ਉਹ ਬੰਬੀਹਾ ਤਕਰੀਬਨ ਪਿਛਲੇ ਹਫ਼ਤੇ 10 ਕੁ ਦਿਨ ਪਹਿਲਾਂ ਆਇਆ ਜੀ। ਵੱਖਰੀ ਗੱਲ ਆ ਵੀ ਜਦੋਂ ਕੋਈ ਚੰਗੀ ਚੀਜ਼ ਆਉਂਦੀ ਆ ਉਹਦੇ ਲਈ ਹਲੂਣੇ ਦੇਣੇ ਪੈਂਦੇ ਆ, ਤੇ ਆਮ ਚੀਜ਼ ਜਿਹੜੀ ਉਹ ਜਿਹੜੀ ਕਹਿੰਦੇ ਨੇ ਸਸਤੀ ਕਲਾ ਸ਼ੋਹਰਤ ਛੇਤੀ ਹਾਸਲ ਕਰ ਲੈਂਦੀ ਆ। ਸੋ ਅੱਜ ਦੇ ਬੰਬੀਹੇ ਦੀ ਜਿਹੜੀ ਗੱਲ ਆ ਉਹ ਅੱਜ ਇੱਕ ਪੂਰੀ ਟੀਮ ਵੱਲੋਂ ਲਾਂਚ ਕੀਤਾ ਗਿਆ ਤੇ ਪੂਰੀ ਟੀਮ ਅੱਜ ਮੇਰੇ ਨਾਲ ਆ ਜਿਨ੍ਹਾਂ ਚ ਇਸ ਸਾਰੇ ਪ੍ਰੋਜੈਕਟ ਦੇ ਜਿਹੜੇ ਕਰਤਾ ਧਰਤਾ ਜਾਂ ਜਿਨ੍ਹਾਂ ਦਾ ਇਹ ਆਈਡੀਆ ਉਹ ਪ੍ਰੇਮ ਸਿੰਘ ਸਿੱਧੂ, ਉਸ ਤੋਂ ਬਾਅਦ ਬਹੁਤ ਖੂਬਸੂਰਤ ਜਿਹੜੇ ਬੋਲ ਲਿਖੇ, ਬਹੁਤ ਹੀ ਕਮਾਲ ਦੇ ਬੋਲ ਲਿਖੇ ਬਾਈ ਬਿੱਲਾ ਧਾਲੀਵਾਲ ਜੀ, ਉਹ ਵੀ ਸਾਡੇ ਨਾਲ ਆ, ਤੇ ਨਾਲ ਹੀ ਸਾਡੇ ਨਾਲ ਉਹ ਨੌਜਵਾਨ ਗਾਇਕ ਜਿਹੜਾ ਕਿ ਖੁਦ ਨੂੰ ਆਪਣੇ ਆਪ ਨੂੰ ਗਾਇਕ ਕਹਾਉਣ ਤੋਂ ਵੀ ਕਹਿੰਦਾ ਵੀ ਨਹੀਂ ਬਾਈ ਮੈਂ ਤਾਂ ਗਾਇਆ ਬਸ ਗਾਉਣਾ ਪਿਆ ਮੈਨੂੰ, ਤੇ ਨਹੀਂ ਉਹ ਨੇ ਜੀ ਅਵਰ ਬਰਾੜ ਬਾਈ ਜੀ। ਆਪਾਂ ਇੱਕ ਇੱਕ ਕਰਕੇ ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਜਿਹੜੀ ਬੰਬੀਹੇ ਦੀ ਅੱਜ ਕੱਲ੍ਹ ਤੁਸੀਂ ਚਰਚਾ 'ਚ ਆਏ ਹੋ, ਚਰਚਾ 'ਚ ਮੈਨੂੰ ਲੱਗਦਾ ਉਨੇ ਕੁ ਲੋਕਾਂ 'ਚ ਹੀ ਆਏ ਹੋ, ਕਿਉਂਕਿ ਜੇ ਗਿਣਤੀ ਮਿਣਤੀ ਕਰੀ ਜਾਵੇ ਤਾਂ ਉਹੀ ਲੋਕਾਂ ਜਿਹਨਾਂ ਨੂੰ ਸਮਝ 'ਚ ਪਿਆ ਵੀ ਅਸਲੀ ਬੰਬੀਹਾ ਕੀ ਆ। ਪਹਿਲਾਂ ਤਾਂ ਸਿੱਧੂ ਸਾਹਿਬ ਤੁਸੀਂ ਥੋੜ੍ਹਾ ਜਿਹਾ ਆਪਣੇ ਪਿਛੋਕੜ ਤੋਂ ਇਹ ਕੇਸ ਕਿਵੇਂ ਲਾਈਨ ਦੇ ਵਿੱਚ ਜੁੜੇ ਹੋ ਤੇ ਬੰਬੀਹੇ ਦਾ ਪਿਛੋਕੜ ਬਾਰੇ ਥੋੜ੍ਹਾ ਜਿਹਾ ਜਾਣਕਾਰੀ ਦਿਓ। ਹਾਂਜੀ ਬਾਈ ਜੀ, ਪਹਿਲਾਂ ਤਾਂ ਸਤਿ ਸ੍ਰੀ ਅਕਾਲ ਤੇ ਜਿੰਨੇ ਵੀ ਆਪਣਾ ਚੈਨਲ ਦੇਖ ਰਹੇ ਦਰਸ਼ਕ ਨੇ ਉਹ ਸਾਰਿਆਂ ਨੂੰ ਮੈਂ ਸਤਿ ਸ੍ਰੀ ਅਕਾਲ ਬੁਲਾਉਣਾ ਬਾਈ। ਮੇਰਾ ਪਿਛੋਕੜ ਬਾਈ, ਮੇਰਾ ਪਿੰਡ ਬਰਨਾਲੇ ਕੋਲ ਹੈ ਤੇ ਮੈਂ ਇਸ ਲਾਈਨ ਦੇ ਵਿੱਚ ਇੱਥੋਂ ਤੱਕ ਜਿਹੜਾ ਪਹੁੰਚਿਆ ਉਹ ਮੈਂ ਪਹੁੰਚਿਆ ਥੀਏਟਰ ਦੇ ਥਰੂ। ਪਹਿਲਾਂ ਮੇਰੀ ਜਰਨੀ ਥੀਏਟਰ ਤੋਂ ਸਟਾਰਟ ਹੁੰਦੀ ਹੈ, ਥੀਏਟਰ ਕਰਦੇ ਕਰਦੇ ਹੌਲੀ ਹੌਲੀ ਫਿਰ ਮੇਰਾ ਰੁੱਖ ਫਿਲਮਾਂ ਵੱਲ ਹੋਇਆ, ਫਿਰ ਮੈਂ ਫਿਲਮ ਡਾਇਰੈਕਟਰ ਬਣਿਆ। ਜਿਹੜਾ ਇਹ ਪ੍ਰੋਜੈਕਟ ਹੈ, ਇਸ ਪ੍ਰੋਜੈਕਟ ਦਾ ਖਿਆਲ ਕਿੱਥੋਂ ਆਇਆ? ਉਹ ਖਿਆਲ ਬਾਈ ਜੀ ਦਿਲ 'ਚ ਚੱਲਦੇ ਹੀ ਰਹਿੰਦੇ ਆ, ਹੈ ਨਾ, ਕਿਉਂਕਿ ਮੈਨੂੰ ਥੀਏਟਰ ਨੇ ਇੱਕ ਦੇਣ ਦਿੱਤੀ ਹੈ ਕਿ ਥੀਏਟਰ ਜਦੋਂ ਮੈਂ ਜੁਆਇਨ ਕੀਤਾ ਸੀਗਾ ਤਾਂ ਥੀਏਟਰ ਨੇ ਕਿਤੇ ਨਾ ਕਿਤੇ ਅੰਦਰੋਂ ਸਾਨੂੰ ਥੀਏਟਰ ਜੁਝਾਰੂ ਬਣਾ ਦਿੰਦਾ ਹੈ, ਲੋਕਾਂ ਲਈ ਲੜਨ ਵਾਸਤੇ ਥੀਏਟਰ ਤੁਹਾਨੂੰ ਤਿਆਰ ਕਰਦਾ, ਲੋਕਾਂ ਦੀ ਗੱਲ ਕਹਿਣ ਵਾਸਤੇ ਤਿਆਰ ਕਰਦਾ। ਇਹ ਅਲੱਗ ਚੀਜ਼ ਹੈ ਕਿ ਥੀਏਟਰ ਵੀ ਕਈ ਜਗ੍ਹਾ ਤੇ ਸਰਕਾਰੂ ਵੀ ਹੋ ਚੁੱਕਿਆ,
ਸਰਕਾਰੀ ਏਜੰਸੀਆਂ ਵੀ ਉਸ ਖੇਤਰ ਦੇ ਜੁਝਾਰੂਪਨ ਨੂੰ ਡਿਫੀਟ ਕਰਨ ਵਾਸਤੇ ਜਾਂ ਉਹਦੇ ਨਾਲ ਲੜਨ ਵਾਸਤੇ ਆਪਣੇ ਤਰੀਕੇ ਦਾ ਵੀ ਇੱਕ ਥੀਏਟਰ ਸਰਕਾਰੀ ਏਜੰਸੀਆਂ ਨੇ ਵੀ ਕੀਤਾ ਹੋਇਆ। ਚਲੋ ਉਹ ਅਲੱਗ ਇੱਕ ਮੁੱਦਾ ਹੈ ਨਾ, ਉਹ ਥੀਏਟਰ ਕਰਕੇ ਇੱਕ ਜੁਝਾਰੂਪਨ ਅੰਦਰ ਹੈ ਬਈ। ਹੁਣ ਰੋਜ਼ੀ ਰੋਟੀ ਕਮਾਉਣ ਵਾਸਤੇ ਅਸੀਂ ਫਿਲਮ ਵਾਲੇ ਪਾਸੇ ਆ ਗਏ, ਪਰ ਉਹ ਜਿਹੜਾ ਇੱਕ ਕੀੜਾ ਉਹ ਨੀ ਮਰਦਾ ਹੁੰਦਾ ਹੈ ਨਾ, ਉਹਨੂੰ ਸ਼ਾਂਤ ਕਰਨ ਵਾਸਤੇ ਕਿ ਯਾਰ ਹੁਣ ਇੱਧਰੋਂ ਤੋਰੀ ਫੁਲਕਾ ਚੱਲ ਹੀ ਰਿਹਾ, ਕਿ ਕੁਛ ਨਾ ਕੁਛ ਜਿਹੜੀ ਚੀਜ਼ ਸੋਚ ਕੇ ਜਾਂ ਜਿਹੜਾ ਜਨੂਨ ਲੈ ਕੇ ਇਹ ਆਰਟ ਦਾ ਫੀਲਡ ਜੁਆਇਨ ਕੀਤਾ ਸੀ ਉਹਦੇ ਵਾਸਤੇ ਕੁਛ ਨਾ ਕੁਛ ਜ਼ਰੂਰ ਕੀਤਾ ਜਾਵੇ। ਸੋ ਉਹ ਕਾਫੀ ਦੇਰ ਤੋਂ ਸੋਚ ਰਿਹਾ ਸੀ ਮੈਂ ਕੁਛ ਕਰਨ ਵਾਸਤੇ, ਹੁਣ ਜਾ ਕੇ ਇਹ ਸਬੱਬ ਬਣਿਆ ਜਿਹੜਾ ਬੰਬੀਹੇ ਵਾਲਾ ਹੈ ਨਾ ਜੀ। ਸੋ ਬੰਬੀਹਾ ਹੀ ਕਿਉਂ ਚੁਣਿਆ, ਇਹਦੇ ਪਿੱਛੇ ਇੱਕ ਰੀਜ਼ਨ ਹੈ ਕਿ ਜਦੋਂ ਵੀ ਤੁਹਾਡੇ ਸਾਹਮਣੇ ਕੁਛ ਜਿਹੜੇ ਤੁਹਾਡੇ ਸਿੰਬਲਸ ਨੇ, ਸਪੈਸ਼ਲੀ ਜਿਵੇਂ ਤੁਸੀਂ ਗੱਲ ਕੀਤੀ ਕਿ ਬੰਬੀਹੇ ਦੀ ਗੱਲ ਗੁਰੂ ਨਾਨਕ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਕੀਤੀ ਹੋਈ ਹੈ ਹੈ ਨਾ, ਜਿਹੜੇ ਤੁਹਾਡੇ ਇਹ ਸਿੰਬਲ ਨੇ ਕਿ ਜਿਨ੍ਹਾਂ ਦੀ ਗੱਲ ਤੁਹਾਡੇ ਗੁਰੂ ਵੀ ਕਰਦੇ ਰਹੇ ਨੇ, ਤੁਹਾਡੇ ਪੁਰਖੇ ਵੀ ਕਰਦੇ ਰਹੇ ਨੇ, ਉਹ ਸਿੰਬਲ ਨੂੰ ਜਦੋਂ ਗਲਤ ਤਰੀਕੇ ਨਾਲ ਪੇਸ਼ ਕੀਤਾ ਜਾਂਦਾ, ਗਲਤ ਤਰੀਕੇ ਨਾਲ ਲਿਆਂਦਾ ਜਾਂਦਾ, ਤਾਂ ਉਦੋਂ ਕਿਤੇ ਨਾ ਕਿਤੇ ਸੱਟ ਵੱਜ ਜਾਂਦੀ ਹੈ। ਉਦੋਂ ਤੁਹਾਨੂੰ ਲੱਗਦਾ ਕਿ ਨਹੀਂ ਯਾਰ, ਕਿ ਲੋਕਾਂ ਨੂੰ ਦੱਸਿਆ ਜਾਵੇ ਕਿ ਇਹ ਸਿੰਬਲ ਹੈ ਕੀ ਹੈ ਨਾ। ਹੁਣ ਜੇ ਆਪਾਂ ਬੰਬੀਹੇ ਦੀ ਗੱਲ ਕਰੀਏ, ਜਿੰਨਾ ਮੋਟਾ ਮੋਟਾ ਮੈਨੂੰ ਸਮਝ ਆਉਂਦਾ ਕਿ ਗੁਰਬਾਣੀ ਦੇ ਵਿੱਚ ਵੀ ਲਿਖਿਆ ਅੰਮ੍ਰਿਤ ਵੇਲੇ ਬੋਲਿਆ ਬੰਬੀਹਾ ਤਾਂ ਦਰ ਸੁਣੀ ਪੁਕਾਰ ਹੈ ਨਾ, ਮੇਗੇ ਨੂੰ ਪਰਮਾਤ ਖੁਆ ਵਰਤੋ ਕਿਰਪਾ ਧਾਰ, ਇਹ ਸ਼ਬਦ ਹੈ ਇੱਕ ਗੁਰਬਾਣੀ ਦਾ, ਕਿ ਬੰਬੀਹਾ ਜਿਹੜਾ ਉਹ ਮੀਂਹ ਮੰਗਦਾ ਹੈ। ਮੀਂਹ ਉਹਨੂੰ ਇਕੱਲੇ ਨੂੰ ਨੀ ਚਾਹੀਦਾ ਹੁੰਦਾ ਬਾਈ ਜੀ, ਹਨਾ, ਉਹ ਮੀਂਹ ਮੰਗਦਾ ਹੈ ਇੱਟ ਮੀਨ ਜੋ ਪੂਰੀ ਲੁਕਾਈ ਵਾਸਤੇ ਮੀਂਹ ਮੰਗਦਾ ਹੈ। ਬੰਬੀਹਾ ਬੋਲਦਾ, ਬੰਬੀਹੇ ਦੀ ਜਿਹੜੀ ਕੂਕ ਹੈ ਜਿਹੜੀ ਉੱਥੇ ਸੁਣੀ ਜਾਂਦੀ ਹੈ, ਜੇ ਆਪਾਂ ਰਿਲੀਜੀਅਸ ਪੱਖ ਤੋਂ ਵੀ ਇਹਨੂੰ ਦੇਖੀਏ, ਜਿਹੜੀ ਉੱਥੇ ਸੁਣੀ ਜਾਂਦੀ ਹੈ ਉਹ ਬੰਬੀਹੇ ਦੀ ਕੂਕ ਪੂਰੀ ਲੁਕਾਈ ਵਾਸਤੇ ਸੁਣੀ ਜਾਂਦੀ ਹੈ। ਅੱਜ ਜੇ ਅਸੀਂ ਬੰਬੀਹੇ ਦਾ ਸਿੰਬਲ ਕਿਤੇ ਵਰਤਣਾ ਹੈ ਤਾਂ ਉਹ ਨਿੱਜ ਦੇ ਹੰਕਾਰ ਵਾਸਤੇ ਨਹੀਂ ਹੋ ਸਕਦਾ, ਨਿੱਜ ਦੇ ਹੰਕਾਰ ਵਾਸਤੇ ਬੰਬੀਹਾ ਨਹੀਂ ਹੋ ਸਕਦਾ। ਬੰਬੀਹੇ ਦਾ ਸਿੰਬਲ ਹਮੇਸ਼ਾ ਤੁਸੀਂ ਵਰਤੋਗੇ ਤਾਂ ਇੱਕ ਲੁਕਾਈ ਦੇ ਦਰਦ ਵਾਸਤੇ, ਲੁਕਾਈ ਦੇ ਹਿੱਤਾਂ ਵਾਸਤੇ, ਉਹਨਾਂ ਵਾਸਤੇ ਤੁਸੀਂ ਵਰਤੋਗੇ। ਇਹ ਸਾਡੀ ਇੱਕ ਸੋਚ ਸੀ ਜਿਹੜੀ ਸੋਚ ਨੂੰ ਲੈ ਕੇ ਅਸੀਂ ਇਹ ਪ੍ਰੋਜੈਕਟ ਕੀਤਾ। ਹਾਂ ਬਿਲਕੁਲ ਜੀ, ਬਹੁਤ ਵਧੀਆ ਤੁਸੀਂ ਬਿਆਨ ਕੀਤਾ। ਜੇ ਬੰਬੀਹਾ ਤੇ ਬੰਬੀਹਾ ਲੋਕ ਭਲਾਈ ਮੰਗੂਗਾ, ਲੋਕਾਂ ਨੂੰ ਮਾਰਨ ਦੀਆਂ ਗੱਲਾਂ ਨਹੀਂ ਕਰੂਗਾ ਕਦੇ ਵੀ ਬੰਬੀਹਾ। ਸੋ ਉਸੇ ਢੁੱਕਵਾਂ ਕਈ ਵਾਰੀ ਅਸੀਂ ਇਹੋ ਜਿਹੀ ਗੱਲ ਕਰੀਏ ਵੀ ਜਿਹੜੀ ਢੁੱਕਵੀਂ ਨਾ ਹੋਵੇ ਤਾਂ ਉਹ ਚੰਗੀ ਨਹੀਂ ਲੱਗਦੀ, ਪਰ ਵੱਖਰੀ ਗੱਲ ਅੱਜ ਦੇ ਨੌਜਵਾਨ ਦੀ ਸੋਚ ਆ ਜਿਹੜੀ ਉਹ ਪਤਾ ਨੀ ਕਿੱਥੇ ਜਾ ਅਟਕੀ ਆ। ਜਿਹੜੀ ਲੀਹ ਤੇ ਜਾਂ ਢੁੱਕਵੀਂ ਗੱਲ ਉਹਨਾਂ ਨੂੰ ਘੱਟ ਪਸੰਦ ਆਉਂਦੀ ਆ, ਤੇ ਜਿਹੜੀ ਕੋਈ ਨਾ ਕੋਈ ਨੈਗੇਟਿਵਿਟੀ ਫੈਲਾਉਣ ਦੀ ਜਾਂ ਕੁਛ ਨਾ ਕੁਛ ਇੱਧਰ ਉੱਧਰ ਲਈ, ਉਹ ਜ਼ਿਆਦਾ ਪਸੰਦ ਕੀਤੀ ਜਾਂਦੀ ਆ। ਚਲੋ ਆਪਾਂ ਤੁਸੀਂ ਇਸ ਪ੍ਰੋਜੈਕਟ ਬਾਰੇ, ਜਦੋਂ ਬੰਦੇ ਦੀ ਚੰਗੀ ਸੋਚ ਆ ਤਾਂ ਆਟੋਮੈਟਿਕਲੀ ਬੰਦੇ ਵੀ ਚੰਗੇ ਸੋਚ ਜੁੜਨ ਲੱਗ ਜਾਂਦੇ ਆ, ਉਹੋ ਜਿਹੀ ਸੋਚ ਵਾਲੇ ਬੰਦੇ ਤੁਹਾਡੇ ਨਾਲ ਲੱਗ ਜਾਂਦੇ ਆ। ਸੋ ਗੱਲ ਕਰਦੇ ਆ ਫਿਰ ਹੁਣ ਨਾਲ ਆਪਾਂ ਬਾਈ ਬਿੱਲਾ ਧਾਲੀਵਾਲ ਉਹਨਾਂ ਦੀ, ਧਾਲੀਵਾਲ ਹੋਰਾਂ ਨੇ ਇਹ ਕਲਮ ਜਿਹੜੇ ਗੀਤ ਲਿਖਿਆ, ਤੋ ਪਹਿਲਾਂ ਤਾਂ ਬਾਈ ਜੀ ਤੁਹਾਡਾ ਸਵਾਗਤ ਆ, ਤੇ ਤੁਸੀਂ ਇਹ ਦੱਸਿਓ ਮਾੜਾ ਜਿਹਾ ਵੀ ਇਹ ਗੀਤ ਤੁਸੀਂ ਬਾਈ ਹੋਰਾਂ ਨੇ ਪ੍ਰੋਜੈਕਟ ਜਿਵੇਂ ਅੱਜ ਕੱਲ੍ਹ ਲਿਖਾਏ ਜਾਂਦੇ ਆ ਲਿਖਿਆ, ਜਾਂ ਤੁਸੀਂ ਤੁਹਾਡਾ ਪਹਿਲਾਂ ਦਾ ਸੀ ਜਾਂ ਕੀ ਇਹਦੀ ਪਿਛੋਕੜ ਆ ਇਹਦੇ ਬਾਰੇ? ਬਾਈ ਬਹੁਤ ਬਹੁਤ ਮਿਹਰਬਾਨੀ, ਪਹਿਲਾਂ ਤੁਸੀਂ ਸਾਨੂੰ ਆਪਣੇ ਪ੍ਰੋਗਰਾਮ ਤੇ ਲੈ ਕੇ ਆਏ, ਤੇ ਬਾਈ ਜਿੱਥੋਂ ਇਹ ਗੱਲ ਸ਼ੁਰੂ ਹੋਈ ਆ ਜੀ, ਐਕਚੁਲੀ ਨਾ ਸਾਡੀ ਜਿਵੇਂ ਆਪਣੇ ਬਾਈ ਨੇ ਸਿੱਧੂ ਸਾਹਿਬ ਨੇ ਗੱਲ ਕੀਤੀ ਆ, ਸਾਡੀ ਅਸੀਂ ਕਾਫੀ ਵਾਰੀ ਜਦੋਂ ਸਾਡੀ ਕੋਈ ਮੀਟਿੰਗ ਹੁੰਦੀ ਜਾਂ ਅਸੀਂ ਬੈਠਦੇ ਇਕੱਠੇ ਹੈ ਨਾ, ਤਾਂ ਇਹਨਾਂ ਗੱਲਾਂ ਤੇ ਸਾਡੀ ਚਰਚਾ ਹੁੰਦੀ ਰਹਿੰਦੀ ਸੀ ਨਾ, ਵੀ ਆਪਾਂ ਇੱਦਾਂ ਦਾ ਕੁਛ ਜ਼ਰੂਰ ਕਰਨਾ, ਚਾਹੇ ਆਪਾਂ ਕਮਰਸ਼ੀਅਲੀ ਇਹਨੂੰ ਕਰੀਏ ਚਾਹੇ ਨਾ ਕਰੀਏ, ਵੀ ਇੰਨਾ ਕੁ ਆਪਣਾ ਸੁਸਾਇਟੀ ਨੂੰ ਆਪਣੇ ਜਿਹੜੇ ਮੰਨ ਲਓ ਆਪਣਾ ਕੋਈ ਇੰਨੀ ਕੁ ਦੇਣ ਆਪਾਂ ਨੂੰ ਦੇਣੀ ਚਾਹੀਦੀ ਹੈ, ਫਰਜ਼ ਬਣਦਾ ਆਪਣਾ ਹੈ ਨਾ। ਤੇ ਇਹ ਬਾਈ ਜਦੋਂ ਮੈਂ ਐਕਚੁਲੀ ਉਸਦੀ ਗੱਲ ਕੀਤੀ ਹੈ ਨਾ ਫੇਮਸ ਗਾਣੇ ਦੀ, ਜਦੋਂ ਮੈਂ ਮਸ਼ਹੂਰ ਗਾਣਾ ਉਹ ਸੁਣਿਆ ਪਹਿਲੀ ਵਾਰੀ, ਤਾਂ ਪਹਿਲੀ ਵਾਰੀ ਮੇਰੇ ਦਿਮਾਗ 'ਚ ਖਿਆਲ ਆਇਆ ਕਿ ਮੈਨੂੰ ਯਾਰ ਵੀ ਇਹ ਇੰਨੇ ਬੰਦੇ ਇੰਨੇ ਫੇਮਸ ਨੇ ਹੈ ਨਾ, ਇਹਨਾਂ ਨੂੰ ਇੰਨੀ ਦੁਨੀਆ ਸੁਣਦੀ ਆ, ਵੀ ਜੇ ਇਹਦੇ ਵਿੱਚ ਇਹ ਗੱਲਾਂ ਹੋ ਜਾਂਦੀਆਂ ਜਾਂ ਇਹ ਮੁੱਦਿਆਂ ਦੀਆਂ ਗੱਲਾਂ ਹੋ ਜਾਂਦੀਆਂ ਤਾਂ ਕਿੰਨੀ ਚੰਗੀ ਗੱਲ ਹੋਣੀ ਸੀ ਹੈ ਨਾ, ਤਾਂ ਗਾਣਾ ਤਾਂ ਇਹਨਾਂ ਦਾ ਉਨਾ ਹੀ ਸ਼ਾਇਦ ਉਨਾ ਹੀ ਲੋਕਾਂ ਨੇ ਸੁਣ ਲੈਣਾ ਸੀ, ਤੇ ਨਾਲ ਨਾਲ ਇਹ ਜਿਹੜੀ ਇੱਕ ਸੋਸਾਇਟੀ ਦੀ ਸੇਵਾ ਵਾਲੀ ਆਪਾਂ ਗੱਲ ਕਰਦੇ ਹਾਂ ਹਨਾ, ਨਾਲ ਨਾਲ ਉਹ ਵੀ ਹੋ ਜਾਂਦੀ, ਤੇ ਕਿੰਨੇ ਹੀ ਮੁੱਦਿਆਂ ਨੂੰ ਆਵਾਜ਼ ਵੀ ਮਿਲ ਜਾਣੀ ਸੀ ਹੈ ਨਾ, ਵੱਡੀ ਆਵਾਜ਼ ਮਿਲ ਜਾਣੀ। ਤੇ ਮੈਂ ਬਾਈ ਉਹ ਕੀ ਕੀਤਾ ਜੀ, ਮੈਂ ਨਾ ਇੱਕ ਫੇਸਬੁੱਕ ਤੇ ਸਟੇਟਸ ਅਪਲੋਡ ਕੀਤਾ ਲਿਖ ਕੇ, ਤੇ ਉਹਦਾ ਵੀ ਉਹਦਾ ਹੈਡਿੰਗ ਵੀ ਇਹੀ ਸੀ, ਉਹਦਾ ਟਾਈਟਲ ਇਹ ਸੀ ਵੀ ਬੰਬੀਹਾ ਤਾਂ ਯਾਰ ਐਂ ਵੀ ਬੋਲ ਸਕਦਾ ਸੀ ਹੈ ਨਾ। ਤੇ ਉਦੋਂ ਬਾਅਦ ਫਿਰ ਸਾਡੀ ਆਪਸ 'ਚ ਇਸ ਗੱਲ ਤੇ ਕੋਆਰਡੀਨੇਸ਼ਨ ਹੋਈ, ਬਾਈ ਨੂੰ ਦਿਮਾਗ ਦੇ ਵਿੱਚੋਂ ਕਲਿੱਕ ਕੀਤੀ ਗੱਲ ਹੈ ਨਾ, ਵੀ ਇਹਨੂੰ ਆਪਾਂ ਇਸ ਤਰੀਕੇ ਨਾਲ ਕਰ ਸਕਦੇ ਹਾਂ। ਤੇ ਫਿਰ ਸਾਡੀ ਕਾਫੀ ਵਾਰੀ, ਮਤਲਬ ਐ ਨੀ ਹੈ ਵੀ ਇੱਕ ਵਾਰੀ 'ਚ ਲਿਖ ਲਿਆ ਸੀ, ਕਾਫੀ ਵਾਰੀ ਵੀਰੇ ਚਰਚਾ ਹੋਈ, ਬਾਈ ਵਰਗਿਆਂ ਨੇ ਸਾਨੂੰ ਜੋ ਵੀ ਹੈ ਰਾਹ ਦਿਖਾਇਆ ਹਨਾ, ਵੀ ਆਪਾਂ ਇਹਦੇ 'ਚ ਆਹ ਜਿਹੜੀਆਂ ਚੀਜ਼ਾਂ ਕਵਰ ਕਰ ਲਈਆਂ ਨੇ। ਤੇ ਹੁਣ ਜਦੋਂ ਸੁਣਦੇ ਹਾਂ ਤਾਂ ਫਿਰ ਉਹ ਬੜੀ ਖੁਸ਼ੀ ਹੁੰਦੀ ਆ ਕਿ ਤਕਰੀਬਨ ਅਸੀਂ ਜਿਹੜੀਆਂ ਜਿਹੜੇ ਬਹੁਤ ਜ਼ਿਆਦਾ ਜ਼ਰੂਰੀ ਮੁੱਦੇ ਸੀਗੇ ਉਹ ਅਸੀਂ ਕਵਰ ਕੀਤੇ, ਕਾਫੀ ਚੀਜ਼ਾਂ ਰਹਿ ਗਈਆਂ, ਉਹਦੇ ਲਈ ਟੀਮ ਬਣੀ ਹੋਈ ਆ, ਅੱਗੇ ਵੀ ਕੋਸ਼ਿਸ਼ ਕਰਦੇ ਰਹਾਂਗੇ ਹਨਾ ਇਹੀ। ਤੇ ਸਾਡਾ ਹੁਣ ਸਾਡੀ ਇਹੀ ਪਲੈਨਿੰਗ ਹੈ ਜੀ, ਇਹੀ ਟੀਮ ਦੇ ਨਾਲ ਇੱਦਾਂ ਦੀਆਂ ਗੱਲਾਂ ਜ਼ਰੂਰ ਅਸੀਂ ਅੱਗੇ ਕਰਦੇ ਰਹੀਏ। ਬਹੁਤ ਬਹੁਤ
ਵਧੀਆ ਦੱਸਿਆ ਜੀ ਬਾਈ ਬਿੱਲੇ ਧਾਲੀਵਾਲ ਨੇ ਜਗੀਤ ਦੀ ਜਿਹੜੀ ਕਿਵੇਂ ਉਹਦੀ ਉਹ ਆਪਣੇ ਇਸ ਵਜੂਦ ਚ ਆਇਆ। ਤੁਹਾਡੇ ਚੋਂ ਵੀ ਬਹੁਤ ਸਾਰਿਆਂ ਨੇ ਗੀਤ ਸੁਣਿਆ ਨਹੀਂ ਹੋਣਾ, ਮੈਂ ਦਾਅਵੇ ਨਾਲ ਕਹਿ ਸਕਦਾ, ਕਿਉਂਕਿ ਦਾਅਵਾ ਤਾਂ ਕਰ ਰਹੇ ਹਾਂ ਵੀ ਉਹ ਕੋਈ ਗੀਤ ਕੋਈ ਮਿਲੀਅਨਾਂ ਚ ਨਹੀਂ ਗਿਆ, ਹਜੇ ਹਜ਼ਾਰਾਂ ਚ ਹੀ ਆ, ਤੇ ਹਜ਼ਾਰਾਂ ਹਜ਼ਾਰਾਂ ਲੋਕਾਂ ਚ ਤੁਸੀਂ ਨਹੀਂ ਆਉਂਦੇ, ਪਰ ਮੈਂ ਇਸ ਲਈ ਇੰਟਰਵਿਊ ਰੱਖੀ ਹੈ ਵੀ ਅਸੀਂ ਹਜ਼ਾਰਾਂ ਦੀ ਗਿਣਤੀ ਚ ਜਿਹੜੇ ਆਉਂਦੇ ਆ ਉਹਨਾਂ ਚ ਲੈ ਕੇ ਆਈਏ ਤੁਹਾਨੂੰ, ਇਹ ਚਾਹੇ ਬੁਰਾ ਲੱਗੇ ਤੇ ਚਾਹੇ ਲੱਗੇ ਚੰਗਾ। ਜੇ ਤੁਸੀਂ ਸਾਡੇ ਨਾਲ ਚੈਨਲ ਨਾਲ ਜੁੜੇ ਹੋ ਤਾਂ ਮੈਨੂੰ ਪਤਾ ਤੁਸੀਂ ਜ਼ਰੂਰ ਇਸ ਗੱਲ ਨੂੰ ਖੁੱਲੇ ਦਿਲ ਨਾਲ ਲਾਓਗੇ। ਜਿਹੜੇ ਨਹੀਂ ਜੁੜੇ ਉਹਨਾਂ ਦੇ ਗਿੱਟੇ ਲੱਗੇ ਚਾਹੇ ਗੋਡੇ ਲੱਗੇ, ਪਰ ਕੋਸ਼ਿਸ਼ ਕਰੋ ਯਾਰ, ਆਪਾਂ ਨੂੰ ਭੀੜ ਦਾ ਹਿੱਸਾ ਬਣਾਓ, ਲੱਖਾਂ ਦਾ ਹਿੱਸਾ ਬਣਾਓ, ਮਿਲੀਅਨਾਂ ਦਾ ਹਿੱਸਾ ਬਣਾਓ, ਹਜ਼ਾਰਾਂ ਦੇ ਹਜ਼ਾਰਾਂ ਚ ਆਓ, ਸ਼ੁਰੂਆਤ ਕਰੋ ਇਹਨਾਂ ਕੰਮਾਂ ਦੀ। ਸੋ ਮੈਂ ਦੇਖੋ ਬਾਈ ਅਬਰ ਬਰਾੜ ਬਾਰੇ ਕੋਈ ਜ਼ਿਆਦਾ ਨਹੀਂ ਸੀ ਜਾਣਦਾ, ਜਦੋਂ ਮੇਰੀ ਮੈਨੂੰ ਇੱਕ ਮਿੱਤਰ ਨੇ ਗੀਤ ਭੇਜਿਆ ਮੈਨੂੰ ਉਹਦੀ ਚੰਗਾ ਲੱਗਿਆ, ਹਾਲਾਂਕਿ ਮੈਂ ਤੁਸੀਂ ਸੋਚ ਨਹੀਂ ਸਕਦੇ ਮੇਰੇ ਕੋਲ 5 ਮਿੰਟ ਸੀ ਜੋਬ ਤੇ ਜਾਣ ਲਈ, ਮੈਂ ਪਰ ਉਹ 5 ਮਿੰਟ ਵੀ ਮੈਂ ਉਹ ਗੀਤ ਸ਼ੇਅਰ ਕੀਤਾ, ਮੇਰਾ ਮੈਨੂੰ ਇਹ ਲੱਗਿਆ ਵੀ ਮੈਂ ਇਹਨੂੰ ਲੇਟ ਨਾ ਹੋ ਜਾਏ ਗੀਤ ਸ਼ੇਅਰ ਕਰਦਾ ਏਡੀ ਵਧੀਆ ਚੀਜ਼ ਨੂੰ। ਤਾਂ ਉਸ ਤੋਂ ਬਾਅਦ ਚਲੋ ਕਿਵੇਂ ਨਾ ਕਿਵੇਂ ਮੈਂ ਬਾਈ ਹੋਰਾਂ ਦਾ ਕੰਟੈਕਟ ਲੱਭਿਆ, ਤਾਂ ਜਦੋਂ ਮੈਂ ਇਹਨਾਂ ਨਾਲ ਗੱਲ ਕੀਤੀ ਤਾਂ ਅਕਸਰ ਗਾਇਕ ਨਹੀਂ ਤਾਂ ਏਦਾਂ ਕੰਨਾਂ ਇਹਨੂੰ ਹੱਥ ਲਾ ਕੇ ਗੱਲ ਸ਼ੁਰੂ ਕਰਦੇ ਹੁੰਦੇ ਆ, ਡਰਾਮੇਬਾਜ਼ੀਆਂ ਬਹੁਤ ਹੁੰਦੀਆਂ, ਪਰ ਇਹ ਬਾਈ ਹੋਰਾਂ ਨੇ ਇੱਕੋ ਸਿੰਪਲ ਜਿਹੀ ਗੱਲ ਕਹੀ, ਮੈਂ ਤਾਂ ਬਾਈ ਗਾਇਕ ਨਹੀਂ ਮੈਂ ਤਾਂ ਕੈਰੈਕਟਰ ਸੀ, ਪਰ ਇੱਕ ਮੁੱਦਾ ਇਹ ਜਿਹਾ ਆ ਗਿਆ ਤੇ ਫਿਰ ਮੈਨੂੰ ਗਾਉਣਾ ਪਿਆ, ਮੈਂ ਹੇਕਾਂ ਲਾ ਲੈਂਦਾ ਸੀ ਤੇ ਗਾ ਲਿਆ। ਪਰ ਮੈਨੂੰ ਇਹਨਾਂ ਦਾ ਗੀਤ ਸੁਣਨ ਤੋਂ ਬਾਅਦ ਇੱਕ ਵਾਰੀ ਵੀ ਇਹ ਨਹੀਂ ਮਹਿਸੂਸ ਹੋਇਆ ਸੀ ਵੀ ਇਹਨਾਂ ਦਾ ਪਹਿਲਾ ਗੀਤ ਆ ਜਾਂ ਪਹਿਲੀ ਵਾਰ ਇਹ ਗਾ ਰਹੇ ਆ ਜਾਂ ਇਹ ਏਦਾਂ ਨਹੀਂ ਮੈਨੂੰ ਲੱਗਿਆ। ਸੋ ਆਪਾਂ ਅਵਰ ਤੋਂ ਜਾਣਦੇ ਹਾਂ ਸਾਰੀਆਂ ਗੱਲਾਂ ਇਸ ਬਾਰੇ। ਅਵਰ ਬਾਈ ਪਹਿਲਾਂ ਤਾਂ ਤੁਹਾਡਾ ਸਵਾਗਤ ਆ, ਤੇ ਫਿਰ ਤੁਸੀਂ ਥੋੜਾ ਜਿਹਾ ਪਹਿਲਾਂ ਆਪਦਾ ਪਿਛੋਕੜ ਦੱਸਿਓ ਤੇ ਫਿਰ ਦੱਸਿਓ ਵੀ ਕੀ ਸਬੱਬ ਬਣਿਆ ਗਾਉਣ ਦਾ। ਸਤਿ ਸ੍ਰੀ ਅਕਾਲ ਬਾਈ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਤੁਹਾਡੇ ਚੈਨਲ ਦਾ, ਤੁਸੀਂ ਸਾਨੂੰ ਇੱਥੇ ਬੁਲਾਇਆ। ਤੇ ਗੱਲ ਤਾਂ ਇਹ ਹੈ ਬਾਈ ਜੀ, ਮੈਂ ਵੀ ਜਿਵੇਂ ਕਾਮ ਆਪਣੇ ਮਿਡੋਕਰ ਪਰਿਵਾਰ ਦੇ ਵਿੱਚੋਂ, ਮੈਂ ਮਤਲਬ ਮੱਧ ਵਰਗੀ ਪਰਿਵਾਰ ਚੋਂ ਮੈਂ ਬਿਲੋਂਗ ਕਰਦਾ ਗਾ, ਤੇ ਖੇਤੀਬਾੜੀ ਸਾਡਾ ਪਿਛੋਕੜ ਹੈ ਜੀ। ਮੈਂ ਪਹਿਲਾਂ ਪਿੰਡ ਦੇ ਸਰਕਾਰੀ ਸਕੂਲ ਚੋਂ 10ਵੀਂ ਕੀਤੀ, ਫਿਰ ਮੈਨੂੰ ਨੋਨ ਮੈਡੀਕਲ ਵਾਲੇ ਪਾਸੇ ਤੱਕ ਤਾਂ ਉਦੋਂ ਚੱਲਿਆ ਸੀਗਾ ਕਿ ਤੁਸੀਂ ਬਾਈ ਜੀ ਜੇ ਇੱਧਰ ਨੂੰ ਚੱਲੋਗੇ ਤਾਂ ਇੰਜੀਨੀਅਰ ਬਣੋਗੇ ਜੇ ਉਹ, ਹੈ ਨਾ। ਤਾਂ ਫਿਰ ਉਹ ਇੱਕ ਪਰਿਵਾਰ ਲਈ ਮੇਰਾ ਇੰਟਰਸਟ ਭਾਜੀ ਆਰਟ ਵਾਲੇ ਪਾਸੇ ਰਿਹਾ ਸਟਾਰਟਿੰਗ ਤੋਂ ਹੀ, ਸ਼ੁਰੂ ਤੋਂ ਹੀ। ਤੇ ਉਹਦੇ ਬਾਅਦ ਮੈਂ ਉਹ ਨੋਨ ਮੈਡੀਕਲ ਕੀਤਾ, ਬਹੁਤ ਔਖਾ ਹੋ ਕੇ ਕੀਤਾ ਜੀ। ਫਿਰ ਮੈਂ ਬੀਟੈਕ ਕੀਤੀ, ਇਹ ਸਾਰਾ ਇਹਦੇ ਵਿੱਚ ਮੈਨੂੰ ਬਹੁਤ ਮੁਸ਼ਕਲਾਂ ਵੀ ਆਈਆਂ, ਕਿਉਂਕਿ ਜਦੋਂ ਤੁਸੀਂ ਪੰਜਾਬੀ ਤੁਹਾਨੂੰ 5ਵੀਂ ਚ ਪੂਰਾ ਏ ਬੀ ਸੀ ਪੜ੍ਹਾਉਂਦੇ ਹੋਣ ਤੇ ਤੁਹਾਨੂੰ ਬਹੁਤ ਔਖੀ ਹੁੰਦੀ ਚੀਜ਼ਾਂ ਹੈ। ਤਾਂ ਇਹ ਕਰਦੇ ਕਰਦੇ ਫਿਰ ਮੈਂ ਜਦੋਂ ਮੈਂ ਕਿਹਾ ਇੱਕ ਵਾਰੀ ਪੇਰੈਂਟਸ ਲਈ ਵੀ ਜ਼ਰੂਰੀ ਹੁੰਦੀਆਂ ਕੁਛ ਚੀਜ਼ਾਂ ਕਰਨੀਆਂ ਨਾ, ਤੁਹਾਡੇ ਫਰਜ਼ ਹੁੰਦੇ ਆ। ਤਾਂ ਮੈਂ ਬੀਟੈਕ ਕਰਨ ਤੋਂ ਬਾਅਦ ਭਾਜੀ ਬੰਬੇ ਚਲਾ ਗਿਆ ਸੀਗਾ, ਮੈਂ ਐਕਟਿੰਗ ਦਾ ਕੋਰਸ ਕੀਤਾ। ਤੇ ਉਦੋਂ ਬਾਅਦ ਮੇਰਾ ਮਿਲਣ ਹੁੰਦਾ ਗਾ ਸਭ ਤੋਂ ਪਹਿਲਾਂ ਜੇ ਗੱਲ ਕਰਨ ਦਾ ਪ੍ਰੇਮ ਸਿੱਧੂ ਬਾਈ ਨਾਲ, ਉਹਨਾਂ ਨਾਲ ਮੇਰੀ ਜਿਹੜੀ ਮਤਲਬ ਬੌਂਡਿੰਗ ਵਾਲੀ ਗੱਲ, ਵੈਸੇ ਤਾਂ ਬਹੁਤ ਸਾਰੇ ਲੋਕ ਮਿਲਦੇ ਸੀਗੇ ਤੇ ਸਾਡੀ ਉਦੋਂ ਬਾਅਦ ਏਦਾਂ ਦੀ ਬੌਂਡਿੰਗ ਬਣ ਗਈ ਭਾਜੀ, ਸਾਨੂੰ ਇਹ ਲੱਗਦਾ ਸਦੀਆਂ ਤੋਂ ਜਾਣਦੇ ਇੱਕ ਦੂਜੇ ਨੂੰ। ਤੇ ਉਹ ਸਾਡੀ ਉਹਦੇ ਨਾਲ ਮੈਂ ਇੱਕ ਔਰੇ ਚ ਬੰਨਿਆ ਗਿਆ, ਹੈ ਨਾ। ਤਾਂ ਉਹ ਜਿਹੜੀਆਂ ਗੱਲਾਂ ਬਾਤਾਂ ਡਿਸਕਸ ਕਰਦੇ ਸੀ ਬਾਈ, ਕਿਤੇ ਵੀ ਮੈਂ ਉਹਨਾਂ ਨੂੰ ਸੁਣਦਾ ਰਹਿੰਦਾ ਸੀਗਾ ਕਿ ਹਾਂ, ਤਾਂ ਮੈਨੂੰ ਉਹ ਚੀਜ਼ਾਂ ਕਲੀਅਰ ਹੋਣ ਲੱਗ ਗਈਆਂ ਕਿ ਆਰਟ ਦਾ ਕੀ ਫਰਜ਼ ਹੁੰਦਾ, ਕੀ ਚੀਜ਼ਾਂ ਹੁੰਦੀਆਂ। ਉਦੋਂ ਪਹਿਲਾਂ ਤੁਹਾਡਾ ਸਿਰਫ ਇੰਟਰਸਟ ਹੁੰਦਾ, ਕੋਈ ਮੈਂ ਜ਼ਿਆਦਾ ਮਤਲਬ ਇੰਟਲੈਕਟ ਲੈਵਲ ਤੇ ਨਹੀਂ ਸੀਗਾ, ਜਾਂ ਮੇਰਾ ਪਿਛੋਕੜ ਏਦਾਂ ਨਹੀਂ ਸੀ ਕਿ ਮੈਂ ਬਹੁਤ ਕਿਤਾਬਾਂ ਪੜ੍ਹਦੇ ਜਾਂ ਮੇਰੇ ਪੇਰੈਂਟਸ ਮੈਨੂੰ ਸਿਖਾਉਂਦੇ ਸੀ, ਏਦਾਂ ਦਾ ਕੁਛ ਨਹੀਂ ਸੀ। ਉਦੋਂ ਬਾਅਦ ਫਿਰ ਮੈਂ ਇੱਥੇ ਥੀਏਟਰ ਵੀ ਕੀਤਾ ਅੱਗੇ ਭਾਜੀ ਚੰਡੀਗੜ੍ਹ ਕੀਤਾ, ਤੇ ਐਂਡ ਕਰਦੇ ਕਰਦੇ ਫਿਰ ਇਹ ਸਾਰਾ ਸਬੱਬ ਬਣਿਆ। ਮੈਂ 6 ਸਾਲ ਹੋ ਗਏ ਭਾਜੀ ਮੈਨੂੰ ਸਟਰਗਲ ਕਰਦੇ ਹੋਏ ਇੱਧਰ ਫਿਲਮਾਂ ਵਾਲੇ ਪਾਸੇ, ਤੇ ਮੈਨੂੰ ਕਹਿੰਦੇ ਰਹਿੰਦੇ ਸੀ, ਮੈਨੂੰ ਲੱਗਦਾ ਯਾਰ ਮਜ਼ਾਕ ਕਰਦੇ ਵੀ ਤੂੰ ਗਾਲੇਗਾ ਗਾਲਾ ਕੁਛ ਵਧੀਆ, ਹੈ ਨਾ। ਪਿਛਲੇ 2 ਸਾਲਾਂ ਤੋਂ ਹੀ ਲੱਗੇ ਹੋਏ ਸੀਗੇ ਕਿ ਮੈਂ ਬਾਈ ਨੂੰ ਵੀ ਬਹੁਤ ਕਿਹਾ ਹੋਇਆ ਸੀ ਬਾਈ ਕਰਨਾ ਜੀ ਤੇ ਤੁਸੀਂ ਕਰਨਾ ਮੇਰਾ ਗਾਣਾ ਤੇ ਤੁਸੀਂ ਕਰਵਾ ਦਿਓ ਦੱਸ ਦਿਓ, ਹੈ ਨਾ। ਤਾਂ ਬਸ ਇਸ ਬਾਬ ਬਣਿਆ ਭਾਜੀ, ਬਾਕੀ ਸਾਰੀ ਗੱਲਬਾਤ ਗਾਣੇ ਬਾਰੇ ਹੋ ਹੀ ਚੁੱਕੀ ਹੈ, ਤੇ ਇਹ ਮੇਰਾ ਪਿਛੋਕੜ ਰਿਹਾ ਭਾਜੀ। ਜੀ ਬਹੁਤ ਵਧੀਆ ਵਰ, ਤੁਸੀਂ ਜਿਹੜੇ ਆਏ ਹੋ ਉਸ ਦਾਇਰੇ ਚ ਆਏ ਹੋ, ਪਰ ਮੈਂ ਇੱਕ ਇੱਥੇ ਤੁਹਾਨੂੰ ਤਿੰਨਾਂ ਨੂੰ ਹੀ ਇਹ ਕਹਿ ਸਕਦਾ ਵੀ ਤੁਸੀਂ, ਮੈਨੂੰ ਨੀ ਲੱਗਦਾ, ਕਿਉਂਕਿ ਮੈਂ ਆਪਦਾ ਨਿੱਜੀ ਤਜਰਬਾ ਦੱਸਦਾ, ਬੰਦਾ ਕਈ ਵਾਰੀ ਆਪਦੇ ਆਲੇ ਦੁਆਲੇ ਲੀਕ ਖਿੱਚ ਲੈਂਦਾ ਤੇ ਉਹ ਲੀਕ ਫਿਰ ਤੋੜਨੀ ਔਖੀ ਆ ਜਾਂਦੀ ਹੈ। ਤੇ ਬਹੁਤ ਸਾਰੇ ਮੈਂ ਇਹੋ ਜਿਹੇ ਐਕਟਰ ਗਾਇਕਾਂ ਨੂੰ ਜਾਣਦਾ ਜਿਹਨਾਂ ਗਾਇਕਾਂ ਨੇ ਮੈਨੂੰ ਪਹਿਲਾਂ ਤਾਂ ਕਿਹਾ, ਮਿਹਨਤ ਕਰੀ, ਮੇਰੇ ਕੋਲੇ ਰਿਟਰਨ ਚ ਪਈ ਆ ਵੀ ਮੇਰੇ ਤੇ ਆਰਟੀਕਲ ਲਿਖ ਬਾਈ ਵਧੀਆ ਜਾ ਕੋਈ, ਮੈਂ ਪਿਛਲੇ 10 ਸਾਲਾਂ ਦਾ ਦੱਸਦਾ। ਤੇ ਮੈਂ ਜਦੋਂ ਆਰਟੀਕਲ ਲਿਖਤਾ, ਉਹਨੇ ਜਿਵੇਂ ਤੁਸੀਂ ਇੱਕ ਪ੍ਰੋਜੈਕਟ ਕੀਤਾ, ਬਹੁਤ ਵਧੀਆ ਕੀਤਾ ਪ੍ਰੋਜੈਕਟ, ਤੇ ਮੈਂ ਇਸ ਪ੍ਰੋਜੈਕਟ ਦੇ ਮੱਦੇ ਨਜ਼ਰ ਰੱਖ ਕੇ ਉਹਦੇ ਤੇ ਆਰਟੀਕਲ ਲਿਖਤਾ ਵੀ ਨੌਜਵਾਨ ਨੇ ਸਿਰਾ ਲਾਤਾ। ਤਾਂ ਉਹ ਮੁੰਡੇ ਨੇ ਦੂਜੇ ਦਿਨ ਮੈਨੂੰ ਕਾਲ ਆਈ ਆਰਟੀਕਲ, ਕਹਿੰਦੇ ਪਹਿਲਾਂ ਪੜ੍ਹਾ ਲਿਓ। ਜੋ ਮੈਂ ਪੜ੍ਹਨ ਵਾਸਤੇ ਉਹਨੂੰ ਭੇਜਿਆ ਤਾਂ ਕਹਿੰਦੇ ਪਲੀਜ਼ ਛਾਪਿਓ ਨਾ, ਮੇਰੇ ਮੋਹਰ ਲੱਗ ਜੂ ਤੇ ਮੇਰਾ ਦਾਇਰਾ ਬਣ ਜੂ, ਤੇ ਮੈਂ ਤਾਂ ਗਾਂਹ ਨੂੰ ਦੂਜਾ ਪੁੱਠਾ ਸਿੱਧਾ ਵੀ ਬੋਲਣਾ ਤੇ ਪੁੱਠਾ ਸਿੱਧਾ ਵੀ ਲਿਖਣਾ, ਤੇ ਤੁਸੀਂ ਤਾਂ ਮੇਰੇ ਸਰੋਪਾ ਪਾਤਾ ਤੇ ਹੁਣ ਮੈਂ ਫਸ ਗਿਆ। ਸੋ ਮੈਂ ਪਹਿਲਾਂ ਤਾਂ ਬਾਈ ਬਿੱਲੇ ਧਾਲੀਵਾਲ ਨੂੰ ਪੁੱਛਦਾ, ਬਾਈ ਦੇਖੋ ਇਹ ਜਿਹਾ ਗਾਣਾ ਲਿਖ ਕੇ ਪੰਗਾ ਲੈਣੀ ਹੁੰਦਾ, ਇਸ ਲੈਵਲ ਤੇ ਖੜਾ ਰਹਿਣਾ ਬਹੁਤ ਔਖਾ ਹੋ ਜਾਂਦਾ ਫਿਰ ਬੰਦੇ ਨੂੰ,
ਤਾਂ ਤੁਸੀਂ ਕੀ ਸੋਚਦੇ ਹੋ ਇਸ ਵਿਸ਼ੇ? ਇਹ ਭਾਜੀ ਤੁਸੀਂ ਬਿਲਕੁਲ ਸਹੀ ਗੱਲ ਕਹੀ ਆ, ਇਹ ਲੋਕਾਂ ਦੇ ਵਿੱਚ ਇੱਕ ਡਰ ਹੈ ਇਸ ਚੀਜ਼ ਦਾ, ਹਨਾ। ਇਹ ਕਾਫੀ ਅੱਗੇ ਵੀ ਕਈ ਸਿੰਗਰ ਵੀ ਇਸ ਚੀਜ਼ ਨੂੰ ਮਤਲਬ ਸ਼ਰੇਆਮ ਸਟੇਜ ਤੇ ਕਬੂਲ ਕਰ ਚੁੱਕੇ ਆ, ਇੱਕ ਵਾਰੀ ਚੰਗਾ ਗਾਲੀਏ ਤਾਂ ਫਿਰ ਲੋਕ ਚੰਗੇ ਦੀ ਉਮੀਦ ਕਰਦੇ ਆ, ਤੇ ਉਹਨਾਂ ਨੂੰ ਇਹ ਹੈ ਵੀ ਸੱਚਾਈ ਵੀ ਹੈ ਇੰਡਸਟਰੀ ਦੀ ਵੀ ਚੰਗੇ ਦੇ ਸਿਰ ਤੇ ਤੁਸੀਂ ਰੋਟੀ ਨਹੀਂ ਕਮਾ ਸਕਦੇ, ਹਨਾ। ਤਾਂ ਮੈਂ ਵੀਰੇ ਮੈਂ ਥੋੜੇ ਦਿਨ ਪਹਿਲਾਂ ਵੀ ਇਹ ਗੱਲ ਕਹੀ ਸੀ ਕਿਤੇ ਵੀ, ਪਹਿਲੀ ਗੱਲ ਤਾਂ ਮੈਂ ਇਹ ਮੰਨਦਾ ਵੀ ਮੇਰਾ ਇਹ ਕਿੱਤਾ ਨਹੀਂ ਹੈ, ਜਿਹੜਾ ਜੋ ਆਪਾਂ ਇਹਨੂੰ ਗੀਤਕਾਰੀ ਕਹਿ ਦਈਏ ਜਾਂ ਮੈਂ ਲਿਖਦਾ, ਹਨਾ। ਤਾਂ ਇਹ ਮੈਨੂੰ ਨਹੀਂ ਲੱਗਦਾ ਵੀ ਮੈਂ ਏਦਾਂ ਦਾ ਮੈਂ ਕੁਛ ਸੋਚੂਗਾ, ਹਨਾ, ਵੀ ਜੇ ਮੈਂ ਚੰਗਾ ਲਿਖੂੰਗਾ ਤਾਂ ਲੋਕ ਨਹੀਂ ਆਉਣਗੇ। ਮੇਰੇ ਨਾਲੇ ਪਹਿਲਾਂ ਵੀ ਹੋਈਆਂ ਇੱਕ ਦੋ ਵਾਰ ਵੀ ਮੈਂ ਕੁਛ ਜਿਹੜੇ ਕਮਰਸ਼ੀਅਲ ਗੀਤ ਨੇ ਬਜਾਰੀ, ਹਾਲਾਂਕਿ ਉਹ ਵੀ ਤੁਸੀਂ ਪ੍ਰੋਪਰ ਬਜਾਰੂ ਨਹੀਂ ਕਹਿ ਸਕਦੇ, ਮੈਂ ਕਾਫੀ ਗੀਤ ਲਿਖ ਲਿਆ, 8-9 ਗਾਣੇ ਮੇਰੇ ਰਿਕਾਰਡ ਹੋਏ ਨੇ, ਤਾਂ ਉਹਨਾਂ ਦੇ ਵਿੱਚ ਵੀ ਮੇਰੇ ਨਾਲ ਪਹਿਲਾਂ ਕਈ ਵਾਰੀ ਹੋਈ ਆ, ਤਾਂ ਲੋਕ ਮੈਨੂੰ ਇਹ ਕਹਿ ਕੇ ਛੱਡਦੇ ਰਹੇ ਨੇ ਵੀ ਇਹ ਸਿਆਣਾ ਰਾਈਟਰ ਹੈ, ਇਹ ਚੰਗਾ ਲਿਖਦਾ, ਹਨਾ, ਤਾਂ ਵੀ ਇਹਦਾ ਨਹੀਂ ਆਪਣੇ ਨਾਲ ਸੈੱਟ ਨਹੀਂ ਆਉਣਾ, ਹਨਾ। ਤਾਂ ਫਿਰ ਮੈਂ ਇੱਕ ਤਾਂ ਇਹ ਗੱਲ ਹੈ ਵੀ ਮੈਂ ਇਹਨੂੰ ਕਮਰਸ਼ੀਅਲੀ ਨਹੀਂ ਮੰਨਦਾ, ਹਨਾ, ਵੀ ਮੇਰਾ ਕਿੱਤਾ ਇਹ, ਹਨਾ। ਕਿੱਤਾ ਆਪਣਾ, ਚਲੋ ਮੈਂ ਆਪਣੀ ਸਟੱਡੀ ਵੀ ਕਰ ਰਿਹਾ, ਜੇ ਨਹੀਂ ਵੀ ਹੈ ਤਾਂ ਮੇਰਾ ਮੇਰਾ ਖੁਦ ਬੜਾ ਪਰਸਨਲ ਇੰਟਰਸਟ ਹੈ, ਮੈਂ ਖੇਤੀ ਕਰਾਂ ਤੇ ਖੇਤੀ ਦੇ ਵਿੱਚ ਮੈਨੂੰ ਬਹੁਤ ਮੇਰਾ ਸਕੂਨ ਮਿਲਦਾ, ਹਨਾ। ਤਾਂ ਕੋਸ਼ਿਸ਼ ਇਹੀ ਆ ਵੀ ਚਲੋ ਪਰਮਾਤਮਾ ਦਾਲ ਰੋਟੀ ਜਿੱਥੇ ਲਿਖੀ ਹੈ ਜੀ ਉੱਥੇ ਹੀ ਮਿਲਦੀ ਆ। ਇੱਕ ਸੱਚੀ ਆਪਣੇ ਪੰਜਾਬ ਦੀ ਟ੍ਰੈਜਡੀ ਬਣ ਚੁੱਕੀ ਹੈ ਇਹ ਵੀ, ਲੋਕ ਨਾ ਸੱਚੀ ਗੱਲ ਕਹਿਣ ਨੂੰ ਤੇ ਚੰਗੀ ਜਿਹੜਾ ਚੰਗਾ ਕੰਮ ਕਰਨ ਨੂੰ ਨਵੇਂ ਮੁੰਡੇ ਇੱਕ ਬਾਹਰ ਮੰਨ ਰਹੇ ਨੇ, ਹਨਾ ਜੀ। ਤੇ ਉਹ ਇਹਦੇ ਚ ਨਾ ਇਹੀ ਜਿਹੜੀ ਤੁਸੀਂ ਗੱਲ ਪਹਿਲਾਂ ਕਹੀ, ਉਹਨਾਂ ਨੂੰ ਇਹ ਲੱਗਦਾ ਵੀ ਕਮਰਸ਼ੀਅਲੀ ਮੇਰਾ ਨੁਕਸਾਨ ਹੋਊਗਾ, ਪਰ ਅਸੀਂ ਜੋ ਸਾਡਾ ਨਿੱਜੀ ਤਜਰਬਾ ਅਸੀਂ ਇਹਦੇ ਚ ਇਹ ਦੇਖਿਆ ਵੀ ਜੇ ਤੁਸੀਂ ਲੋਕਾਂ ਦੀ ਗੱਲ ਕਰੋਗੇ ਤਾਂ ਲੋਕ ਤੁਹਾਡਾ ਤੁਹਾਨੂੰ ਕਮਰਸ਼ੀਅਲੀ ਡਾਊਨ ਨਹੀਂ ਜਾਣ ਦੇਣਗੇ, ਤਾਂ ਉਹ ਜੇ ਤੁਸੀਂ ਸੱਚੀ ਗੱਲ ਕਰੋਗੇ, ਚੰਗੀ ਗੱਲ ਕਰੋਗੇ, ਲੋਕਾਂ ਦੇ ਪੱਖ ਦੀ ਗੱਲ ਕਰੋਗੇ, ਤਾਂ ਕਮਰਸ਼ੀਅਲੀ ਵੀ ਤੁਹਾਡਾ ਫਾਇਦਾ ਹੀ ਹੋਊਗਾ। ਇਹ ਮੈਂ ਇਸੇ ਗੱਲ ਤੇ ਤੁਹਾਨੂੰ ਕਹਿਣਾ ਚਾਹੁੰਦਾ ਸੀ ਵੀ ਜੇ ਅਸੀਂ ਦੇਖੀਏ ਤਾਂ ਅਸੀਂ ਵੀ ਤੁਹਾਡੇ ਵਾਲੀ ਕਿਸ਼ਤੀ 'ਚ ਸਵਾਰ ਹਾਂ। ਸਾਡੇ ਵੀ ਕੱਲ ਹੀ ਮਨਪ੍ਰੀਤ ਮੈਨੂੰ ਕਹਿ ਰਹੇ ਸੀਗੇ, ਕਹਿੰਦੇ ਬਾਈ ਜੀ ਮੈਂ ਅੱਜ ਤੱਤ ਕੱਢ ਲਿਆ ਵੀ ਆਪਣੇ ਵਿਊ ਘੱਟ ਕਿਉਂ ਆਉਂਦੇ ਆ। ਮੈਂ ਕਿਹਾ ਕੀ? ਕਹਿੰਦੇ ਆਪਣੇ ਮੋਹਰ ਲੱਗ ਗਈ ਵੀ ਸਿਆਣੇ ਬੰਦਿਆਂ ਦੇ ਦੇਖਣ ਵਾਲਾ ਚੈਨਲ ਆ। ਸੋ ਫਿਰ ਇਹਦਾ ਮਤਲਬ ਤਾਂ ਇਹ, ਜੇ ਹੁਣ ਮਾਫ਼ੀ ਚਾਹੁੰਦਾ ਦਰਸ਼ਕਾਂ ਨੂੰ, ਫਿਰ ਇਹਦਾ ਮਤਲਬ ਤਾਂ ਇਹ ਹੋ ਗਿਆ ਵੀ ਸਿਆਣਿਆਂ ਦੀ ਜਿਹੜੀ ਬਹੁਤਾਤ ਨਹੀਂ ਹੈ, ਸਿਆਣੇ ਘੱਟ ਆ। ਪਰ ਨਹੀਂ ਦੋਸਤੋ, ਮੈਂ ਇਹ ਨਹੀਂ ਕਹਿੰਦਾ ਤੁਹਾਨੂੰ, ਤੁਸੀਂ ਬਹੁਤ ਸਿਆਣੇ ਹੋ, ਤੁਸੀਂ ਸਭ ਕੁਛ ਹੋ। ਪਰ ਕੀ ਆ ਨਾ, ਜਦੋਂ ਹਵਾ ਵਗਦੀ ਆ, ਹਵਾ ਦੇ ਵਿੱਚ ਨਹੀਂ ਰੁੜੀਦਾ ਹੁੰਦਾ, ਹਵਾ ਦੇ ਵਿੱਚ ਪੈਰ ਅੜਕਾਈ ਦੇ ਹੁੰਦੇ ਆ, ਅੜਕ ਕੇ ਤੇ ਆਪਦੇ ਰਾਹ ਆਪ ਬਣਾਈ ਦੇ ਹੁੰਦੇ ਆ। ਹਵਾ ਦੇ ਨਾਲ ਤਾਂ ਦੁਨੀਆ ਰੁੜਦੀ ਆ, ਜਿੱਥੇ ਮਿਲੀਅਨਾਂ ਦੇ ਵਿੱਚ ਲੋਕ ਜਾਈ ਜਾਂਦੇ ਆ, ਤੁਸੀਂ ਵੀ ਉਹੀ ਦੇਖੀ ਜਾਂਦੇ ਹੋ। ਤੁਸੀਂ ਕੁਛ ਨਵਾਂ ਕਰਕੇ ਤਾਂ ਦੇਖੋ, ਹੋ ਸਕਦਾ ਹੋਰ ਬਹੁਤ ਸਾਰੇ ਚੈਨਲ, ਬਹੁਤ ਸਾਰੇ ਗਾਣੇ ਤੁਹਾਨੂੰ ਚੰਗੇ ਲੱਗਣ। ਸੋ ਆਪਾਂ ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਸਿੱਧੂ ਸਾਹਿਬ, ਗੱਲ ਇਹ ਆ ਵੀ ਤੁਸੀਂ ਜਿੱਦਾਂ ਫਿਲਮਾਂ ਤੇ ਵੀ ਪ੍ਰੋਜੈਕਟ ਤੇ ਕੰਮ ਕਰ ਰਹੇ ਹੋ, ਪਰ ਜਦੋਂ ਇਹ ਗੀਤ ਤੁਸੀਂ ਕੀਤਾ ਤੇ ਤੁਹਾਨੂੰ ਪਹਿਲਾਂ ਦੇਖਿਆ ਗੀਤ, ਜਦੋਂ ਸਾਨੂੰ ਵੀ ਪਹਿਲੀ ਨਜ਼ਰ ਜਚ ਗਿਆ, ਸਭ ਨੂੰ ਜਚਿਆ, ਤੁਹਾਡੀ ਐਕਸਪੈਕਟੇਸ਼ਨ ਵਿਊਜ਼ ਦੀ ਕਿੱਥੋਂ ਤੱਕ ਸੀ? ਬਾਈ ਜੀ, ਵਿਊਜ਼ ਦੀ ਜਿਹੜੀ ਆ, ਹੁਣੇ ਬਿੱਲੇ ਬਾਈ ਨੇ ਗੱਲ ਕਹੀ ਨਾ ਕਿ ਜਦੋਂ ਤੁਸੀਂ ਲੋਕਾਂ ਦੀ ਗੱਲ ਕਰਦੇ ਹੋ ਤਾਂ ਲੋਕ ਤੁਹਾਨੂੰ ਬਹੁਤ ਜ਼ਿਆਦਾ ਪਿਆਰ ਦਿੰਦੇ ਆ, ਤੁਸੀਂ ਸੋਚ ਵੀ ਨਹੀਂ ਸਕਦੇ ਕਿ ਲੋਕ ਤੁਹਾਨੂੰ ਕਿੰਨਾ ਪਿਆਰ ਦਿੰਦੇ ਆ, ਹਨਾ। ਇਹੀ ਚੀਜ਼ ਇਹ ਗੀਤ ਕਰਨ ਵੇਲੇ ਸਾਡੇ ਦਿਮਾਗ ਦੇ ਸੀਗਾ, ਸਾਨੂੰ ਇੱਕ ਹੌਸਲਾ ਸੀ ਇਸ ਗੱਲ ਦਾ, ਪਹਿਲਾਂ ਤੋਂ ਇੱਕ ਉਮੀਦ ਸੀਗੀ ਕਿ ਯਾਰ ਇਹ ਪ੍ਰੋਜੈਕਟ ਆ ਜਿਹੜਾ ਇਹ ਫੇਲ ਨਹੀਂ ਹੋ ਸਕਦਾ। ਹਾਲਾਂਕਿ ਅਸੀਂ ਵਿਊਜ਼ ਦੀ ਕਾਊਂਟਿੰਗ ਨਹੀਂ ਕੀਤੀ ਕਿ ਵਿਊਜ਼ ਕਿੰਨੇ ਹੋਣਗੇ ਜਾਂ ਕੀ ਹੈ, ਸਾਨੂੰ ਇਹ ਸੀ ਕਿ ਯਾਰ ਇਹ ਗੀਤ ਫੇਲ ਨਹੀਂ ਹੋ ਸਕਦਾ, ਕਿਉਂਕਿ ਇਹਦੇ ਵਿੱਚ ਲੋਕਾਂ ਦੀ ਗੱਲ ਹੈ, ਲੋਕਾਂ ਦਾ ਪਿਆਰ ਸਾਨੂੰ ਮਿਲੂਗਾ ਹੀ ਮਿਲੂਗਾ। ਔਰ ਇਹ ਸੱਚਾਈ ਵੀ ਹੈ ਬਾਈ ਕਿ ਸਾਨੂੰ ਲੋਕਾਂ ਦਾ ਪਿਆਰ ਬਹੁਤ ਜ਼ਿਆਦਾ ਮਿਲ ਰਿਹਾ, ਹੈ ਨਾ, ਕਿ ਸਾਡੇ ਕੋਲੇ ਠੀਕ ਹੈ, ਉੱਦਾਂ ਦੇ ਸਾਡੇ ਕੋਲੇ ਵਿਊ ਜਾਂ ਕਮੈਂਟ ਨਹੀਂ ਹੈਗੇ ਤੇ ਉਹ ਸਾਨੂੰ ਚਾਹੀਦੇ ਵੀ ਨਹੀਂ, ਬਾਈ ਅੱਤ, ਬਾਈ ਸਿਰਾ, ਬਾਈ ਅੱਗ ਹੋਏ, ਬਾਈ ਐ ਹੋਏ, ਹੈ ਨਾ। ਤੋ ਉੱਦਾਂ ਦੀ ਸਾਨੂੰ ਭੀੜ ਚਾਹੀਦੀ ਵੀ ਹੈ ਨੀ, ਜਿਵੇਂ ਤੁਸੀਂ ਭੀੜ ਦੀ ਗੱਲ ਕੀਤੀ। ਸਾਨੂੰ ਇਹ ਹੈ ਕਿ ਜਿਹੜੇ ਜਿਹੜੇ ਲੋਕ ਸਾਡੇ ਨਾਲ ਜੁੜ ਰਹੇ ਨੇ, ਸਾਡੇ ਨਾਲ ਕੁਆਂਟਿਟੀ ਚਾਹੇ ਘੱਟ ਜੁੜ ਰਹੀ ਹੈ ਬਟ ਕੁਆਲਿਟੀ ਜੁੜ ਰਹੀ ਹੈ, ਉਸੇ ਕੁਆਲਿਟੀ ਦੇ ਨਾਲ ਅਸੀਂ ਅੱਗੇ ਵੱਧਦੇ ਰਹਾਂਗੇ। ਜੀ ਜੀ ਜੀ, ਬਿਲਕੁਲ, ਬਹੁਤ ਵਧੀਆ ਗੱਲ ਕਹੀ ਹੈ। ਕੁਆਂਟਿਟੀ ਤੇ ਕੁਆਲਿਟੀ ਦੇ ਮਗਰ ਹੀ ਸਾਰੀ ਗੇਮ ਚੱਲਦੀ ਆ, ਤੇ ਜੇ ਤੁਸੀਂ ਕੁਆਂਟਿਟੀ ਲਾਓਗੇ ਤਾਂ ਪੈਸੇ ਆਉਣਗੇ, ਕੁਆਲਿਟੀ ਲਾਓਗੇ ਤਾਂ ਚੰਗੇ ਲੋਕ ਤੁਹਾਡੇ ਨਾਲ ਜੁੜਨਗੇ। ਇੱਕ ਹੁਣ ਮੈਂ ਤੁਹਾਡੇ ਫਿਊਚਰ ਪ੍ਰੋਜੈਕਟ ਬਾਰੇ ਵੀ ਥੋੜਾ ਜਿਹਾ ਮੈਨੂੰ ਬਾਈ ਦੱਸਿਓ ਤੁਸੀਂ ਵੀ ਫਿਊਚਰ ਕੀ ਕੁਛ ਕਰ ਰਹੇ ਹੋ, ਫਿਰ ਅੱਗੇ ਦੇ ਕੀ ਹੈਗੇ ਪਲਾਨ? ਫਿਊਚਰ ਦੇ ਬਾਈ ਪਲਾਨ ਹਲੇ ਤਾਂ ਮੇਨਲੀ ਫਿਲਮ ਦੇ ਹੀ ਹੈਗੇ ਨੇ, ਤੇ ਹੁਣ ਲੋਕਡਾਊਨ ਕਰਕੇ ਸਾਡੀਆਂ ਫਿਲਮਾਂ ਦੀਆਂ ਸ਼ੂਟਿੰਗਸ ਬੰਦ ਨੇ, ਸੋ ਤਾਂ ਕਰਕੇ ਕੁਛ ਇੱਕ ਵੈਬ ਸੀਰੀਜ਼ ਦੇ ਪਲਾਨ ਹੈਗੇ ਨੇ, ਹਨਾ। ਦੇਖੋ, ਇੱਕ ਸਿੰਪਲ ਜੀ ਗੱਲ ਇਹ ਹੈ ਕਿ ਸਿਨੇਮਾ ਮੇਰੇ ਵਾਸਤੇ ਮੇਰੀ ਰੋਜ਼ੀ ਰੋਟੀ ਦਾ ਸਾਧਨ ਹੈ, ਹਨਾ। ਮੈਂ ਅੱਜ ਤੁਹਾਡੇ ਕੋਲੇ ਹਲੇ ਮੈਂ ਇਹ ਹਿੱਕ ਠੋਕ ਕੇ ਨਹੀਂ ਕਹਿੰਦਾ ਕਿ ਮੈਂ ਜਿੱਦਾਂ ਦਾ ਇਹ ਗੀਤ ਕੀਤਾ ਕਿ ਮੈਂ ਸਿਨੇਮਾ ਵੀ ਸਿਰਫ ਉਦਾਂ ਦਾ ਹੀ ਕਰ ਰਿਹਾ, ਹਨਾ। ਸਿਨੇਮਾ ਬਾਈ ਜੀ, ਮੈਂ ਕਮਰਸ਼ੀਅਲ ਸਿਨੇਮਾ ਕਰ ਰਿਹਾ, ਬਟ ਹਾਂ, ਕਮਰਸ਼ੀਅਲ ਸਿਨੇਮਾ ਕਰਨ ਵੇਲੇ ਵੀ ਮੈਂ ਇੱਕ ਚੀਜ਼ ਦਾ ਧਿਆਨ ਰੱਖ ਰਿਹਾ
कि देखो जां तां तुसीं सिनेमा ओह करो जो तुसीं चाहुंदे हो कि जिहदे नाल समाज दे विच कोई पॉजिटिविटी भी फैले, समाज दे विच कोई मैसेज भी जावे, इह जां दूसरी तरह दा सिनेमा मैनूं लगदा हुंदा कि मैं कर सकदा कि जिहदे विच सिर्फ ते सिर्फ एंटरटेनमेंट होवे पर समाज दे विच गलत मैसेज कोई ना जावे। हले मैं थोड़े चैनल दे थ्रू ये कोई कमिटमेंट नहीं करता कि मेरे हर फिल्म दे विच जां मेरी हर वैब सीरीज दे विच कोई बहुत तकड़ा मैसेज ही होगा, पर इह मैं प्रोमिस करदा कि मैं उस दिन फिल्मा करनी छड़ दूंगा जिद्दे मैनू किसी ने यह कहता कि यार तेरे इस प्रोजेक्ट दे नाल समाज दे विच नैगेटिविटी फैल रही है, साडा कल्चर है जिहड़ा उहनू ढा लग रही है ना। सो इदां दे कुछ प्रोजेक्ट हैगे ने बई जिहड़े कि पूरी तरह कमर्शियल ने, जदों आपां चंगी तरह पैर अड़ा ले उदू बाद आपदे तरीके नाल वी चीजां करांगे। सो अवर तुहानू भी मेरा सवाल आ हुण इह इक वी जिद्दां तुसीं एक्टिंग दे लई मेहनत कीती, पढ़े, प्रोपर एक्टिंग सिखी आ, ते हुण तुसीं इक जिहड़ी पछाण आ तुहाडी ओह इक गायक दे तौर ते बन चुकी आ, सो हुण तुसीं इह तां नहीं हैगा कि वी ओह कहिंदे नहीं हुंदे दो किश्तियां दा सवार हो गए ते, पर वैसे तां देखो गायक एक्टर बणे आ, इह तां सच्चाई आ अपनी पंजाबी इंडस्ट्री दी। गायक जिन्हां नूं एक्टिंग आउंदी वी नहीं सी ओह एक्टर बण गए, पर एक एक्टर गायक बनया है उल्टी गंगा बैठी आ, तुसीं की हुण सोचदे हो? भाजी इह गल मैनूं जिद्दे दा मैं इस फील्ड दे विच आया ना तां मैनूं सारे लोग कहिंदे रहे कि यार तू गाना कर ला ते उधर ये छेती लै लैंदे, दो चार गाने चले नहीं ते तू हीरो आया नहीं, है ना। ते जे भाजी उही गल फिर मैं इस चीज दी क्लैरिफिकेशन देनी चाहुंदा हां कि जे मैं उदां दा कुछ करना हुंदा कि मैं हीरो आवां उधर ते कराऊं तां शायद मेरा कमर्शियल गाना होना सी प्रोपर, है ना। ते ये मैं नहीं सोचा सी कदे भी, ते फिर मैं बहुत तेजी नाल भी ये करदा क्योंकि मैनूं इह मैं 2-3 साल पहले अवेयर हो गया सी इस चीज तों कि जे तुसीं सिंगर मतलब तुहाडी फैन फॉलोइंग हैगी किसी भी तरीके नाल हैगी आ ਤਾਂ ਤੁਸੀਂ ਬਹੁਤ ਮਤਲਬ ਉੱਧਰ ਜਲਦੀ ਆਪਦਾ ਕੰਮ ਲੈ ਸਕਦੇ, ਪਰ ਮੈਂ ਸਟਰਗਲ ਕਰਦਾ ਰਿਹਾ ਭਾਜੀ, ਜੇਬ ਹਾਲੇ ਵੀ ਉਹੀ ਹੈ, ਸਾਰਾ ਕੁਛ ਉਹੀ ਹੈ, ਉੱਧਰਲੀ ਸਟਰਗਲ ਵੀ ਜਾਰੀ ਹੈ, ਮੇਨ ਮੇਰਾ ਭਾਜੀ ਜਿਹੜਾ ਕੀੜਾ ਹੁੰਦਾ ਉੱਧਰ ਲਈ ਹੈਗਾ, ਬਟ ਇਹ ਫਰਜ਼ ਨੇ ਨਾਲ ਨਾਲ ਇਹ ਵੀ ਅਸੀਂ ਅਦਾ ਕਰਦੇ ਰਹਾਂਗੇ, ਕੋਈ ਇਹ ਇਸ਼ੂ ਨਹੀਂ ਹੈ ਭਾਜੀ ਮੇਰੇ ਲਈ ਕਿ ਮੈਂ ਹੁਣ ਇੱਧਰੋਂ ਸਿੰਗਰ ਦੇ ਤੌਰ 'ਤੇ ਮੇਰੀ ਪਹਿਚਾਣ ਹੋ ਗਈ ਜਾਂ ਇਹ ਹੋ ਗਿਆ, ਇਹ ਕੋਈ ਵੱਡੀ ਗੱਲ ਨਹੀਂ ਹੈਗੀ ਭਾਜੀ ਕਿਉਂਕਿ ਇਹਦੇ ਲਈ ਮੈਂ ਕਦੇ ਸੋਚਿਆ ਨਹੀਂ ਸੀਗਾ। ਇਹ ਨਾਲ ਨਾਲ ਜ਼ਰੂਰ ਕਰਾਂਗੇ, ਉਹ ਲੋਕਾਂ ਦੇ ਆ ਕਿ ਉਹ ਕਿੰਨਾ ਪਿਆਰ ਦਿੰਦੇ ਆ, ਕੀ ਕਰਦੇ ਆ ਕਿ ਨਹੀਂ, ਉਹ ਉਹਨਾਂ ਤੇ ਡਿਪੈਂਡ ਕਰਦਾ, ਅਸੀਂ ਆਪਦਾ ਕੰਮ ਕਰਕੇ ਛੱਡ ਦਿੰਦੇ ਹੁੰਦੇ ਆ, ਉਹ ਤੋਂ ਬਾਅਦ ਲੋਕ ਤੁਹਾਨੂੰ ਅੱਗੇ ਹੌਸਲਾ ਅਫਜਾਈ ਕਰਦੇ ਰਹਿੰਦੇ, ਬਸ ਕੋਈ ਬਾਹਲੀ ਵੱਡੀ ਗੱਲ ਨਹੀਂ ਹੈਗੀ ਭਾਜੀ। ਜੀ ਜੀ ਨਹੀਂ, ਸਾਡੀਆਂ ਦੁਆਵਾਂ ਤੁਹਾਡੇ ਨਾਲ ਆ ਜੀ, ਤੇ ਉਮੀਦ ਆ ਤੁਸੀਂ ਆਪਣੀ ਫੀਲਡ ਦੇ ਵਿੱਚ ਵੀ ਕਾਮਯਾਬ ਹੋਵੋਗੇ, ਐਕਟਿੰਗ ਦੀ ਫੀਲਡ ਦੇ ਵਿੱਚ ਵੀ, ਕਿਉਂਕਿ ਜਦੋਂ ਬੰਦੇ ਦਾ ਨੀਅਤ ਨੀਤੀ ਸਾਫ਼ ਆ ਤੇ ਬੰਦਾ ਅੱਗੇ ਵਧਣਾ ਚਾਹੁੰਦਾ ਤਾਂ ਕਿਉਂ ਨਾ ਵਧੂਆ। ਮੈਂ ਹੁਣ ਜਾਂਦੇ ਜਾਂਦੇ ਜਿਹੜਾ ਦੋ ਚਾਰ ਕੇ ਇਹ ਗੱਲਾਂ ਕਰਨੀਆਂ ਪੁੱਛਣੀਆਂ ਚਾਹੂੰਗਾ ਤੁਹਾਡੇ ਸਾਰਿਆਂ ਤੋਂ ਹੀ, ਮੈਂ ਜਿਵੇਂ ਹੁਣ ਕੋਈ ਵੀ ਚੀਜ਼ ਹੁੰਦੀ ਆ ਸਿੰਪਲ, ਚੱਲ ਹੁਣ ਤਾਂ ਟਿਕਟੋਕ ਬੰਦ ਹੋ ਗਈ, ਪਰ ਟਿਕਟੋਕ ਦੀ ਗੱਲ ਜੇ ਕਰੀਏ ਕਿਉਂਕਿ ਇੱਕ ਸੌਖੀ ਉਦਾਹਰਣ ਦੇਣੀ, ਟਿਕਟੋਕ ਸਟਾਰ ਬਣਦੇ ਆ ਤੇ ਉਹਨਾਂ ਸਟਾਰਾਂ ਦੇ ਮਗਰ ਮੀਡੀਆ ਵਾਲੇ ਮੈਕ ਲੈ ਕੇ ਭੱਜ ਜਾਂਦੇ ਆ। ਮੈਂ ਐਡੇ ਐਡੇ ਵੱਡੇ ਵੱਡੇ ਆਫਿਸਰ ਦੇਖੇ, ਮੈਂ ਤੁਸੀਂ ਬਾਈ ਬਿੱਲੇ ਬਾਈ ਤੁਸੀਂ ਇਹਦਾ ਜਵਾਬ ਦਿਓ ਕਿਰਾਂ, ਵੱਡੇ ਵੱਡੇ ਆਫਿਸਰ ਘਰਾਂ 'ਚ ਜਾ ਕੇ ਉਹਨਾਂ ਨੂੰ ਗਿਫਟ ਦਿੰਦੇ, ਵੱਡੇ ਵੱਡੇ ਬਾਬੇ ਉਹਨਾਂ ਨੂੰ ਪੈਸੇ ਦਿੰਦੇ ਦਿਖੇ, ਤੇ ਬਹੁਤ ਸਾਰੀਆਂ ਅਪਰੋਚਾਂ ਕੀਤੀਆਂ, ਮੈਨੂੰ ਲੱਗਦਾ ਫੋਨ ਤਾਂ ਉਹਨਾਂ ਤੋਂ ਚੱਕੇ ਨਹੀਂ ਗਏ ਇੰਨੇ ਕੁ ਫੋਨ ਆਏ। ਤੁਹਾਨੂੰ ਕੀ ਲੱਗਦਾ ਤੁਹਾਡੇ ਇਸ ਪ੍ਰੋਜੈਕਟ ਤੋਂ ਬਾਅਦ ਕਿੰਨਾ ਕੁ ਕਿਸੇ ਕਿੱਥੋਂ ਤੱਕ ਕਿਸ ਲੈਵਲ ਤੱਕ ਇਹਨਾਂ ਨੇ ਪਾਈ ਕਿ ਟਿਕਟੋਕ ਸਟਾਰ ਜ਼ਿਆਦਾ ਵਧੀਆ ਰਹਿ ਗਏ ਤੁਹਾਡੇ ਨਾਲ? ਹਾਂਜੀ ਭਾਜੀ, ਇਹ ਨਾ ਜੀ ਇੱਕ ਬੜੀ ਮਾੜੀ ਪਿਰਤ ਪਿਛਲੇ ਟਾਈਮ 'ਚ ਪੰਜਾਬ ਦੇ ਵਿੱਚ ਪਈ ਆ, ਜਿਵੇਂ ਇੱਕੋ ਛੋਟੀ ਬੱਚੀ ਹੈ ਨਾ ਕਾਫੀ ਫੇਮਸ ਹੋਈ ਹੈ ਨਾ, ਚਲੋ ਇੰਟਰਟੇਨਮੈਂਟ ਤੱਕ ਠੀਕ ਹੈ, ਪਰ ਮੇਰੇ ਹਿਸਾਬ ਨਾਲ ਹਰ ਇੱਕ ਚੀਜ਼ ਦਾ ਇੱਕ ਸਮਾਂ ਹੁੰਦਾ ਹੈ ਨਾ। ਹੁਣ ਆਪਣੇ ਤੁਸੀਂ ਹੁਣ ਹਰ ਇੱਕ ਦੇ ਘਰੇ ਸਮਾਰਟਫੋਨ, ਕੋਈ ਬੰਦਾ ਪੜ੍ਹਿਆ ਚਾਹੇ ਨਹੀਂ ਪੜ੍ਹਿਆ, ਸਾਰਿਆਂ ਨੇ ਟਿਕਟੋਕ ਆਈਡੀਆਂ ਬਣਾਈਆਂ, ਲੋਕ ਦੇਖ ਰਹੇ ਆ, ਤਾਂ ਕਿੰਨੇ ਮੇਰੇ ਤੁਸੀਂ ਇਹ ਸੋਚੋ ਵੀ ਕਿੰਨੇ ਜਿਹੜੇ ਕੋਰੀ ਸਲੇਟ ਵਰਗੇ ਜਿਹੜੇ ਬੱਚਿਆਂ ਦੇ ਮਨ ਹੁੰਦੇ ਆ, ਉਹ ਹਜ਼ਾਰਾਂ ਲੱਖਾਂ ਬੱਚੇ ਤੁਸੀਂ ਸੋਚੋ ਦੇਖ ਕੇ ਉਹਨਾਂ ਦੇ ਮਨ 'ਤੇ ਇਹ ਚੀਜ਼ ਆਈ ਹੋਣੀ ਆ ਵੀ ਅਸੀਂ ਵੀ ਜਿਵੇਂ ਉਹ ਬੱਚੀ ਫੇਮਸ ਹੋਈ ਆ, ਕਿਉਂਕਿ ਜਿਹੜਾ ਬੱਚੇ ਦਾ ਮਨ ਹੁੰਦਾ ਆਪਾਂ ਪਹਿਲਾਂ ਵੀ ਕਿਹਾ ਵੀ ਕੋਰੀ ਸਲੇਟ ਹੁੰਦੀ ਆ ਨਾ, ਉਹਨਾਂ 'ਤੇ ਤਾਂ ਕੋਈ ਚੀਜ਼ ਆਮ ਨਾਲੋਂ ਦੁੱਗਣੀ ਅਸਰ ਕਰਦੀ ਹੈ। ਜਿਹੜੀ ਆਪਾਂ ਜਿਹੜੀ ਆਪਾਂ ਗੀਤਾਂ 'ਚ ਹਿੰਸਾ ਗੱਲ ਕਰਦੇ ਹਾਂ ਜਾਂ ਭਾਜੀ ਆਪਾਂ ਕੁਛ ਹੋਰ ਮਾੜੀਆਂ ਚੀਜ਼ਾਂ ਦੇ ਅਸਰ ਦੀ ਗੱਲ ਕਰਦੇ ਹਾਂ, ਉਹ ਵੀ ਇੱਕ ਜੋ ਵੀ ਕੋਈ ਬੰਦਾ ਇੱਕ ਮਚਿਓਰ ਹੋ ਗਿਆ 20-25 ਸਾਲ ਮੰਨ ਲਓ ਟੀਨੇਜ ਬੰਦੇ ਨੇ ਕ੍ਰੋਸ ਕਰ ਲਈ, ਉਹਦੇ 'ਤੇ ਤਾਂ ਉਸ ਚੀਜ਼ ਨੇ ਥੋੜ੍ਹੀ ਜਿਹੀ ਇੱਕ ਤਰ੍ਹਾਂ ਨਾਲ ਮੰਨ ਲਓ ਵੀ ਸੇਫ ਹੈ ਨਾ, ਵੀ ਉਹ ਇੰਨੀ ਗੱਲ ਸਮਝ ਲੂਗਾ ਵੀ ਉਹਦੇ 'ਤੇ ਕਿੱਦਾਂ ਦੀ ਇਹ ਚੀਜ਼ ਅਸਰ ਕਰ ਰਹੀ ਆ। ਤਾਂ ਆਪਣਾ ਮੇਨ ਮੁੱਦਾ ਤਾਂ ਇਹ ਹੈ ਨਾ ਵੀ ਜਿਹੜੇ ਬੱਚੇ ਆ ਉਹਨਾਂ ਨੂੰ ਬਚਾਓ, ਤੇ ਆਪਾਂ ਜਿਹੜੀ ਟਿਕਟੋਕ ਦੇ ਚੱਕਰ ਦੇ ਵਿੱਚ ਆਪਾਂ ਬੱਚਿਆਂ ਨੂੰ ਵੀ ਹੋਰ ਜ਼ਿਆਦਾ ਪ੍ਰਮੋਟ ਕਰਨ ਲੱਗੇ ਹਾਂ ਆਪਣੇ ਬੱਚਿਆਂ ਨੂੰ, ਹੈ ਨਾ। ਤਾਂ ਉਹ ਤੁਸੀਂ ਦੇਖਿਆ ਹੋਣਾ ਅਕਸਰ ਹੀ ਤੁਸੀਂ ਦੇਖਦੇ ਹੋਗੇ ਵੀ ਜਿਹੜੀ ਉਹ ਇੱਕ ਬੱਚੀ ਫੇਮਸ ਹੋਈ ਆ ਜਾਂ ਇੱਕ ਦੋ ਹੋਰ ਬੱਚੇ ਫੇਮਸ ਹੋਏ ਨੇ, ਉਹਨਾਂ ਨੂੰ ਦੇਖ ਕੇ ਮਾਂ ਪਿਓ ਖੁਦ ਆਪਣੇ ਬੱਚਿਆਂ ਦੀਆਂ ਵੀਡੀਓ ਬਣਾ ਬਣਾ ਕੇ ਟਿਕਟੋਕ ਤੇ ਪਾ ਰਹੇ ਨੇ ਜਾਂ ਕੁਛ ਹੋਰ, ਹੈ ਨਾ,
ਜਿਹੜੇ ਸੋਸ਼ਲ ਮੀਡੀਆ ਪਲੇਟਫਾਰਮਸ ਨੇ ਤੇ ਕਿੱਥੇ ਉਹਨਾਂ ਬੱਚਿਆਂ ਦਾ ਜਿਹੜਾ ਅੱਗੇ ਆਪਣੇ ਫਿਊਚਰ ਨੂੰ ਡਿਸਾਈਡ ਕਰਨ ਦਾ ਟਾਈਮ ਆ ਹਨਾ, ਕਿੱਥੇ ਤਾਂ ਉਹਨਾਂ ਨੇ ਪੜ੍ਹਨਾ ਤੇ ਇਹ ਹੁਣ ਜਦੋਂ ਮਾਂ ਪਿਓ ਹੀ ਬੱਚਿਆਂ ਨੂੰ ਖੁਦ ਉੱਧਰ ਨੂੰ ਧੱਕ ਰਹੇ ਨੇ ਤਾਂ ਤੁਸੀਂ ਸੋਚੋ ਫਿਰ ਬੱਚੇ ਕਿੱਥੇ ਆਪਣਾ ਪੜ੍ਹਾਈ ਦੇ ਵਿੱਚ ਮਨ ਲਾਉਣਗੇ ਹਨਾ। ਤਾਂ ਇਹ ਤਾਂ ਇੱਕ ਬੜੀ ਮਾੜੀ ਪਿਰਤ ਸੀ ਹਨਾ। ਬਾਕੀ ਹੋਰ ਵੀ ਇਹ ਇਕੱਲਾ ਟਿਕਟੋਕ ਦੀ ਗੱਲ ਕਰੀਏ ਜਾਂ ਇਕੱਲੀ ਗਾਇਕੀ ਜਾਂ ਗੀਤਕਾਰੀ ਦੀ ਗੱਲ ਕੀਤੀ, ਇਹ ਨਹੀਂ ਆ, ਹੋਰ ਵੀ ਪੰਜਾਬ ਦੇ ਵਿੱਚ ਸੋਸ਼ਲ ਮੀਡੀਆ ਤੇ ਕਾਫੀ ਕੁਛ ਹੈ ਨਾ। ਤੁਸੀਂ ਵੀ ਰਹਿੰਦੇ ਹੋ, ਤੁਹਾਡਾ NRI ਭਰਾਵਾਂ ਨਾਲ ਜ਼ਿਆਦਾ ਵਾਹ ਵਾਸਤਾ ਹੈ ਨਾ, ਤੁਸੀਂ ਮੀਡੀਆ ਦੇ ਵਿੱਚ ਕੰਮ ਕਰ ਰਹੇ ਹੋ। ਹੋਰ ਜੋ ਮੇਰੇ, ਅਸੀਂ ਕੁਛ ਅੱਗੇ ਹੋਰ ਵੀ ਕੋਸ਼ਿਸ਼ ਕਰਾਂਗੇ ਵੀ ਇਸ ਚੀਜ਼ ਨੂੰ ਬਰੀਫ 'ਚ ਲੈ ਕੇ ਜਾਈਏ ਆਉਣ ਵਾਲੇ ਕਿਸੇ ਪ੍ਰੋਜੈਕਟ ਦੇ ਵਿੱਚ। ਤੇ ਇਹੀ ਅਸੀਂ ਆਪਣੀ ਕਲਮ ਨਾਲ ਜਾਂ ਸਾਡੇ ਗੀਤ ਨਾਲ ਅਸੀਂ ਇਹੀ ਮੈਸੇਜ ਦੇਣਾ ਚਾਹੁੰਦੇ ਹਾਂ ਵੀ ਭਾਈ ਜਿਨ੍ਹਾਂ ਨਾਲ ਹੋਰ ਵੀ ਲੋਕ ਜੁੜੇ ਹੋਏ ਨੇ, ਜਿਨ੍ਹਾਂ ਨਾਲ ਬਹੁਤ ਵੱਡੀ ਗਿਣਤੀ 'ਚ ਮਾਸ ਲੋਕ ਹਨਾ ਗਿਣਤੀ ਦੇ ਵਿੱਚ ਲੋਕ ਜੁੜੇ ਹੋਏ ਨੇ, ਉਹਨਾਂ ਨੂੰ ਵੀ ਥੋੜ੍ਹੀ ਬਹੁਤ ਕੋਸ਼ਿਸ਼ ਇਸ ਪਾਸੇ ਨੂੰ ਕਰਨੀ ਚਾਹੀਦੀ ਹੈ। ਦੇਖੋ ਦੋਸਤੋ, ਤੁਸੀਂ ਗੱਲ ਨੂੰ ਇਸ ਆਪਣੇ ਢੰਗ ਨਾਲ ਨਾ ਲਾਇਓ। ਸਾਡਾ ਕਹਿਣ ਦਾ ਮਤਲਬ ਅਸੀਂ ਆਪਣੇ ਆਪ ਨੂੰ ਕੋਈ ਇਹ ਨਹੀਂ ਤਸਦੀਕ ਨਹੀਂ ਕਰ ਰਹੇ ਵੀ ਅਸੀਂ ਸਿਆਣੇ ਆ, ਪਰ ਇੱਕ ਸਮੀਖਿਆ ਤਾਂ ਕਰਦਾ ਹੀ ਹੈ ਨਾ ਬੰਦਾ ਵੀ ਕਿਵੇਂ ਆ। ਹੁਣ ਜੇ ਮੈਂ ਆਪਣੀ ਵੀਡੀਓ ਦੇਖਦਾ, ਮੈਂ ਕੱਲ ਵੀਡੀਓ ਅਪਲੋਡ ਕੀਤੀ, 10,000 ਬੰਦਾ ਦੇਖ ਗਿਆ, ਉਹਦੇ ਥੱਲੇ 400-500 ਕਮੈਂਟ ਆ ਗਿਆ, 1,000 ਕਮੈਂਟ ਆ ਗਿਆ ਤੇ 0% ਨੈਗੇਟਿਵ ਕਮੈਂਟ ਆਇਆ, ਤਾਂ ਇਹਦਾ ਮਤਲਬ ਸਾਡੀ ਗੱਲ ਤਾਂ ਸਹੀ ਆ, ਉਹ ਗੱਲ ਤਾਂ ਗਲਤ ਨਹੀਂ, ਨਹੀਂ ਤਾਂ ਨੈਗੇਟਿਵ ਵੀ ਆਉਂਦੇ ਕਮੈਂਟ। ਸੋ ਫਿਰ ਇਸ ਪੈਮਾਨੇ ਨਾਲ ਅਸੀਂ ਪਰਖਦੇ ਹਾਂ। ਇਵੇਂ ਹੁਣ ਬਾਈ ਹੋਰਾਂ ਦਾ ਗਾਣਾ ਆਇਆ ਤੇ ਉਸ ਗਾਣੇ ਦੇ ਉੱਤੇ ਤੁਸੀਂ ਕਮੈਂਟ ਪੜ੍ਹ ਕੇ ਦੇਖੋ, ਕੱਲਾ ਕੱਲਾ ਕਮੈਂਟ ਤੁਹਾਨੂੰ ਚੰਗਾ ਲੱਗੂਗਾ, ਤਾਂ ਫਿਰ ਅਸੀਂ ਕਿਵੇਂ ਨਾ ਕਹੀਏ ਵੀ ਇਹ ਸਿਆਣੇ ਬੰਦਿਆਂ ਦਾ ਪ੍ਰੋਜੈਕਟ ਆ। ਸੋ ਕੋਈ ਇਹ ਅਸੀਂ ਮੋਹਰ ਨਹੀਂ ਲਾ ਰਹੇ, ਅਸੀਂ ਸਿਰਫ ਇਸ ਲਈ ਤੁਹਾਨੂੰ ਹਲੂਣਾ, ਇਸ ਹਲੂਣੇ ਨਾਲ ਲਿਓ। ਬਾਈ ਜੀ, ਪ੍ਰੇਮ ਸਿੱਧੂ ਬਾਈ ਜੀ, ਜਾਂਦੇ ਜਾਂਦੇ ਆ ਜਿਹੜੀ ਮੈਂ ਗੱਲ ਥੋੜ੍ਹੀ ਜਿਹੀ ਬਾਈ ਬਿੱਲ ਹੋਰਾਂ ਨੂੰ ਵੀ ਪੁੱਛੀ ਸੀ, ਪਰ ਮੈਂ ਤੁਸੀਂ ਇਹਦਾ ਜਵਾਬ ਦੇ ਦਿਓ। ਜਿਹੜੀ ਮੀਡੀਆ ਦੀ ਗੱਲ, ਮੈਂ ਜਿਹੜੇ ਮਾਈਕ ਫੜ ਕੇ ਘਰੋ ਘਰੀ ਪਹੁੰਚ ਜਾਂਦੇ ਆ, ਹਰੇਕ ਦੇ ਨਿੱਕੀ ਜਿਹੀ ਗੱਲ ਦੇ ਉੱਤੇ ਪਹੁੰਚ ਜਾਂਦੇ ਆ ਵੀ ਤੁਸੀਂ ਸੋਚ ਵੀ ਨਹੀਂ ਸਕਦੇ ਜਿਹੜੀ ਗੱਲ ਦਾ ਕੋਈ ਤੁੱਕ ਵੀ ਨਹੀਂ ਬਣਦੀ। ਮੈਂ ਕੱਲ ਪਰਸੋਂ ਸੁਣ ਰਿਹਾ ਸੀ ਕਿਸੇ ਐਕਟਰਸ ਦਾ, ਦੱਸ ਰਹੇ ਸੀ ਵੀ ਉਹਨੇ ਘਰੇ ਬੈਂਗਣ ਲਗਾ ਕੇ ਸਬਜ਼ੀ ਬਣਾ ਲਈ ਤੇ ਬਹੁਤ ਵੱਡੀ ਖ਼ਬਰ ਬਣ ਗਈ ਸੀਗੀ ਉਸ ਬੈਂਗਣ ਦੀ। ਸੋ ਉਹ ਜਿਹਾ ਮੀਡੀਆ ਵਾਲਿਆਂ ਨੇ ਇਸ ਗਾਣੇ ਤੋਂ ਬਾਅਦ ਜਿਹੜੇ ਇੰਡੀਆ ਦੇ ਵਿੱਚ ਜਾਂ ਹੋਰ ਕਿਤੇ ਵੀ ਤੁਹਾਨੂੰ ਕਿੰਨੀ ਕੁ ਅਪਰੋਚ ਕੀਤੀ ਤੇ ਕਿੰਨਾ ਕੁ ਸਪੋਰਟ ਕੀਤਾ? ਬਸ ਬਈ, ਸਾਨੂੰ ਉਹੀ ਜਿਹੜੀ ਮੈਂ ਪਹਿਲਾਂ ਗੱਲ ਕੀਤੀ ਸੀ, ਸਾਨੂੰ ਜਿਹੜੀ ਅਪਰੋਚ ਹੋਈ ਆ ਉਹ ਕੁਆਲਿਟੀ ਵਾਲੀ ਹੀ ਹੋਈ ਹੈ। ਸੋ ਸਾਡੀਆਂ ਹੁਣ ਤੱਕ ਜਿਹੜੀਆਂ ਇੰਟਰਵਿਊ ਹੋਈਆਂ, ਇੱਕ UK ਇੰਟਰਵਿਊ ਹੋਈ ਤੇ ਇੱਕ ਇੱਥੇ ਬਾਈ ਮੱਕੜ ਨੇ ਕੀਤੀ ਡੇਲੀ ਪੋਸਟ ਵਾਲਿਆਂ ਨੇ, ਤੇ ਇੱਕ ਦਵਿੰਦਰ ਦਵੀ ਮੈਮ ਨੇ ਜਿਹੜੇ ਪਹਿਲਾਂ ਟ੍ਰਿਬਿਊਨ ਚ ਹੁੰਦੇ ਸੀਗੇ ਹਨਾ, ਇੱਕ ਉਹਨਾਂ ਨੇ ਕੀਤੀ। ਤੇ ਜਾਂ ਜਦੋਂ ਦਾ ਸਾਡਾ ਗਾਣਾ ਆਇਆ ਪਹਿਲੇ ਦਿਨ ਤੋਂ ਹੀ ਤੁਸੀਂ ਸਾਡਾ ਨੰਬਰ ਲੱਭ ਕੇ ਤੇ ਪਹਿਲੇ ਦਿਨ ਤੋਂ ਤੁਸੀਂ ਸਾਨੂੰ ਕਹਿ ਰਹੇ ਸੀ ਕਿ ਥੋੜੀ ਜਿਹੀ ਦੇਰੀ ਹੋ ਰਹੀ ਹੈ ਪਰ ਆਪਾਂ ਇੰਟਰਵਿਊ ਜ਼ਰੂਰ ਕਰਨੀ ਹੈ ਹਨਾ। ਇੱਕ ਦੋ ਹੋਰ ਇੱਕ ਦੋ ਕੁੜੀਆਂ ਨੇ ਜਿਹੜੀਆਂ ਚੰਗੀਆਂ ਪੱਤਰਕਾਰ ਨੇ ਹਨਾ, ਉਹਨਾਂ ਨੇ ਵੀ ਸਾਡੇ ਤੱਕ ਅਪਰੋਚ ਕੀਤੀ ਪਰ ਉਹ ਸਾਡਾ ਬਣ ਨਹੀਂ ਪਾਇਆ ਕਿ ਉਹਨਾਂ ਨਾਲ ਮੌਕਾ ਅੱਗੇ ਉਹਨਾਂ ਨਾਲ ਕਰਾਂਗੇ। ਪਰ ਆਮ ਜਿਹੜੇ ਤੁਸੀਂ ਇਹ ਕਹਿ ਰਹੇ ਹੋ ਕਿ ਮਾਈਕ ਚੱਕੀ ਜਿਹੜੇ ਲੱਭਦੇ ਫਿਰਦੇ ਰਹਿੰਦੇ ਆ ਹਨਾ, ਕਿ ਯਾਰ ਕਿਸੇ ਦੀ ਕੁੱਤੀ ਸੂਵੇ ਉਹਨਾਂ ਦੀ ਜਾ ਕੇ ਆਪਾਂ ਇੰਟਰਵਿਊ ਲਈਏ, ਤੇ ਉਹੇ ਜਿਹਾ ਕੋਈ ਬੰਦਾ ਆਇਆ ਹੀ ਨਹੀਂ ਸਾਡੇ ਕੋਲੇ, ਨਾ ਕਿਸੇ ਨੇ ਸਾਨੂੰ ਅਪਰੋਚ ਕੀਤੀ, ਕਿਉਂਕਿ ਉਹਨਾਂ ਨੂੰ ਵੀ ਪਤਾ ਕਿ ਜਿਹੜੀ ਆਡੀਅੰਸ ਉਹਨਾਂ ਨੂੰ ਦੇਖਦੀ ਹੈ। ਦੇਖੋ ਆਡੀਅੰਸ ਬਈ ਸਾਰੀ ਸਿਆਣੀ ਆਡੀਅੰਸ ਨੂੰ ਜੋ ਦਿਖਾਓਗੇ ਉਹ ਦੇਖਣਗੇ ਹਨਾ, ਕਿਉਂਕਿ ਉਹ ਆਡੀਅੰਸ ਦੇ ਦਿਮਾਗਾਂ ਨਾਲ ਖੇਡਦੇ ਆ ਹਨਾ। ਉਹ ਉਹਨਾਂ ਨੇ ਜਿੱਥੇ ਖੇਡਣਾ ਹੈ ਉਹਨਾਂ ਨੂੰ ਪਤਾ ਕਿ ਜਿੱਥੇ ਅਸੀਂ ਖੇਡਣਾ ਉੱਥੇ ਇਹ ਖੇਡ ਚੱਲ ਨਹੀਂ ਸਕਦੀ ਸਾਡੀ। ਬਾਕੀ ਉਹਨਾਂ ਦਾ ਜਿਹੜਾ ਉਹਨਾਂ ਦਾ ਪੱਧਰ ਵੀ ਬਈ ਹੈਗਾ ਉਹ ਵੀ ਉੱਥੋਂ ਤੱਕ ਹੀ ਸੀਮਤ ਹੈ ਨਾ। ਹੁਣ ਜਿਹੜੇ ਬੈਂਗਣ ਦੀ ਬਣਾਈ ਸਬਜ਼ੀ ਨੂੰ ਇੰਨਾ ਜ਼ਿਆਦਾ ਉਭਾਰ ਦੇਣਗੇ ਹਨਾ, ਤੇ ਉਹ ਬਾਅਦ ਦੇ ਵਿੱਚ ਇਹ ਵੀ ਦੇ ਸਕਦੇ ਆ ਹਨਾ ਵੀ ਉਹ ਐਕਟਰੈਸ ਨੇ ਆਪਦੇ ਘਰੇ ਬੈਂਗਣ ਉਗਾਇਆ ਸੀ, ਅਸੀਂ ਉਹਦੀ ਨਿਊਜ਼ ਦਿੱਤੀ ਸੀ ਤੇ ਉਹਨੂੰ ਦੇਖ ਕੇ ਲੋਕਾਂ ਨੇ ਆਪਦੇ ਫਲੈਟਾਂ 'ਚ ਬੈਂਗਣ ਉਗਾਉਣੇ ਸ਼ੁਰੂ ਕਰ ਦਿੱਤੇ। ਸ਼ਾਇਦ ਉਹ ਆਪਦੇ ਆਪ ਨੂੰ ਇੱਧਰ ਵੀ ਤਸਦੀਕ ਕਰਦੇ ਨੇ ਕਿ ਅਸੀਂ ਇੱਕ ਨਵੀਂ ਪਿਰਤ ਪਾ ਲਈ ਹੈ ਹਨਾ। ਤੇ ਪਰ ਬਈ ਕੋਈ ਚੱਕਰ ਨਹੀਂ, ਜ਼ਰੂਰਤ ਹੀ ਨਹੀਂ ਆਪਾਂ ਨੂੰ ਤੇ ਨਾ ਹੀ ਕੋਈ ਆਇਆ, ਉਹਨਾਂ ਵਾਸਤੇ ਟਿਕਟੋਕ ਵਾਲੇ ਬਹੁਤ ਹੈਗੇ ਨੇ। ਨਹੀਂ ਨਹੀਂ, ਚਲੋ ਬਹੁਤ ਬਹੁਤ ਮਿਹਰਬਾਨੀ ਹੈ ਜੀ ਇਸ ਜਿਹੜਾ ਤੁਹਾਡਾ ਕੁਆਂਟਿਟੀ ਦੀ ਥਾਂ ਤੇ ਕੁਆਲਿਟੀ ਨੂੰ ਚੁਣਨਾ, ਇਹ ਬੜੇ ਵਧਾਈ ਦੇ ਪਾਤਰ ਹੋ ਤੁਸੀਂ, ਸਾਰੀ ਟੀਮ ਵਧਾਈ ਦੀ ਪਾਤਰ ਹੋ। ਤੇ ਮੈਂ ਵੀ ਤੁਹਾਨੂੰ ਜਿਵੇਂ ਬਾਈ ਬਿੱਲੇ ਨੇ ਵੀ ਦੱਸਿਆ, ਮੈਂ ਖੇਤੀ ਦਾ ਸ਼ੌਕੀਨ ਹਾਂ ਬਾਈ, ਸਾਡਾ ਤਾਂ ਚੈਨਲ ਹੀ ਖੇਤੀ ਦਾ। ਹੁਣ ਇੱਕ ਤਾਂ ਸਾਨੂੰ ਸਬਸਕ੍ਰਾਈਬਰ ਮਿਲ ਗਿਆ ਬਾਈ ਬਿੱਲਾ, ਹੁਣ ਆਸਟ੍ਰੇਲੀਆ ਦੀ ਖੇਤੀ ਤਾਂ ਦੇਖਿਆ ਹੀ ਕਰਨਗੇ, ਠੀਕ ਹੈ ਨਾ? ਸਾਨੂੰ ਤਾਂ ਇਸ ਚੀਜ਼ ਦੇ ਚਾਅ, ਸਾਨੂੰ ਸਾਡੀਆਂ ਜਿਹੜੀਆਂ ਕਹਿੰਦੇ ਨੀ ਹੁੰਦੇ ਇੱਕ ਉਮੀਦਾਂ ਜਾਂ ਖੁਆਹਿਸ਼ਾਂ ਵਾਲੀਆਂ ਨੀ ਹੈ, ਸਾਡੇ ਨਾਲ ਤਾਂ ਇੱਕ ਬੰਦਾ ਵੀ ਜੁੜ ਜਾਂਦਾ ਸੀ ਤਾਂ ਬਹੁਤ ਵਾਗੋ ਵਾਗ ਹੋ ਜਾਂਦੇ ਹਾਂ ਵੀ ਹਾਂ ਭਾਈ ਇੱਕ ਬੰਦਾ ਤਾਂ ਕੋਈ ਜੁੜਿਆ ਨਾ। ਸੋ ਬਹੁਤ ਧੰਨਵਾਦ, ਮੈਨੂੰ ਲੱਗਦਾ ਬਾਈ ਬਿੱਲਾ ਤਾਂ ਬਹੁਤ ਜ਼ਿਆਦਾ ਅੱਜ ਬਿਜ਼ੀ ਸਨ ਤੇ ਉਹਨਾਂ ਨੂੰ ਰੋਕਿਆ ਅਸੀਂ ਥੋੜੇ ਚਿਰ ਲਈ, ਤੇ ਧੰਨਵਾਦ ਤੁਹਾਡਾ ਤੁਸੀਂ ਸਾਡੇ ਨਾਲ ਜੁੜੇ। ਤੇ ਜਾਂਦੇ ਜਾਂਦੇ ਜਿਹੜੇ ਸਿੰਗਰ ਆ ਸਾਡੇ ਅਵਰ ਬਰਾੜ, ਉਹਨਾਂ ਦੇ ਦੋ ਬੋਲ ਤਾਂ ਆਪਾਂ ਸੁਣਨੇ ਆ, ਤੇ ਜਾਂਦੇ ਜਾਂਦੇ ਦੋ ਬੋਲ ਜ਼ਰੂਰ ਸੁਣਾ ਜਾਓ, ਜਿਹੜਾ ਮਰਜ਼ੀ ਪਹਿਰਾ ਸੁਣਾ ਦਿਓ ਜੀ। ਬਾਈ ਮੈਂ ਥੋੜਾ ਜਿਹਾ ਗਾਣਾ ਗਾਉਣ ਤੋਂ ਪਹਿਲਾਂ ਮੈਂ ਇੱਕ 2 ਮਿੰਟ ਦਾ ਸਮਾਂ ਮੈਂ ਤੁਹਾਡਾ ਲੈਣਾ ਹੈ ਨਾ।
ਗਾਣਾ ਵੀ ਹੋਊਗਾ। ਇੱਕ ਤਾਂ ਬਾਈ ਸਭ ਤੋਂ ਪਹਿਲਾਂ ਮੈਂ ਤੁਹਾਡੇ ਚੈਨਲ ਦੇ ਥਰੂ ਵੀ ਤੇ ਵੈਸੇ ਇਹ ਦੱਸਣਾ ਚਾਹੁੰਦਾ ਕਿ ਅਸੀਂ ਤਿੰਨ ਬੰਦੇ ਆ ਜਿਹੜੇ ਇਸ ਵੇਲੇ ਸਾਹਮਣੇ ਆ, ਸਾਡੇ ਨਾਲ ਹੋਰ ਵੀ ਪੰਜ ਸੱਤ ਬੰਦਿਆਂ ਦੀ ਇੱਕ ਟੀਮ ਹੈਗੀ ਆ, ਹਨਾ, ਉਹ ਵੀ ਸਾਰਿਆਂ ਦਾ ਮੈਂ ਤੁਹਾਡੇ ਚੈਨਲ ਦੇ ਥਰੂ ਧੰਨਵਾਦ ਕਰਨਾ ਚਾਹੁੰਦਾ ਕਿ ਜਿਹੜੇ ਤੁਸੀਂ ਦੇਖੇ ਹੋਣਗੇ ਨਾ ਕਿ ਸਾਡੇ ਗਾਣੇ ਦੀ ਜਿਹੜੀ ਵੀਡੀਓ ਹੈ ਉਹਦੇ ਪਿੱਛੇ ਮਖੌਟੇ ਤੇ ਪਾ ਕੇ ਖੜੇ ਹੋਏ ਸੀਗੇ ਜਿਹੜੇ ਬੰਦੇ, ਹਨਾ, ਉਹ ਵੀ ਕੋਈ ਆਮ ਬੰਦਾ ਨਹੀਂ ਸੀ ਉਹਨਾਂ ਚੋਂ ਕੋਈ ਵੀ। ਕੋਈ ਉਹਨਾਂ ਦੇ ਵਿੱਚੋਂ ਹੈਗਾ ਕਿ ਫਿਲਮਾਂ ਦਾ ਐਗਜੀਕਿਊਟਿਵ ਪ੍ਰੋਡਿਊਸਰ ਹੈ, ਕੋਈ ਉਹਨਾਂ ਦੇ ਵਿੱਚੋਂ ਹੈਗਾ ਕਿ ਬਹੁਤ ਫੇਮਸ ਪੰਜਾਬੀ ਇੰਡਸਟਰੀ ਦੇ ਐਕਟਰ ਨੇ, ਇੱਕ ਪੰਜਾਬੀ ਇੰਡਸਟਰੀ ਦਾ ਬਹੁਤ ਫੇਮਸ ਰਾਈਟਰ ਹੈ ਜਿਹੜਾ ਆਉਣ ਵਾਲੇ ਸਮੇਂ 'ਚ ਦਲਜੀਤ ਦੀਆਂ ਫਿਲਮਾਂ ਵੀ ਲਿਖ ਰਿਹਾ, ਹਨਾ, ਉਹ ਵੀ ਬੰਦੇ ਸਾਡੇ ਮਖੌਟੇ ਪਾ ਕੇ ਉੱਥੇ ਖੜੇ ਹੋਏ ਸੀਗੇ, ਹਨਾ। ਸੋ ਇੱਕ ਮੈਂ ਹੋਰ ਤੁਹਾਨੂੰ ਇੰਟਰੋਡਕਸ਼ਨ ਕਰਾਉਣੀ ਚਾਹੁੰਦਾ, ਜਿਹੜੇ ਸਾਡੇ ਇਸ ਪ੍ਰੋਜੈਕਟ ਦੇ ਪ੍ਰੋਡਿਊਸਰ ਨੇ ਮੇਰੀ ਵਾਈਫ, ਤੇ ਜਿਹੜੇ ਤੁਸੀਂ ਉਹ ਮਖੌਟੇ ਦੇਖੇ ਤੇ ਉਹ ਕੱਪੜੇ ਦੇਖੇ ਉਹ ਵੀ ਉਹਨਾਂ ਨੇ ਖੁਦ ਆਪ ਹੀ ਬਣਾਏ, ਤੇ ਉਹਨਾਂ ਦਾ ਮੈਂ ਚਾਹੁੰਦਾ ਬਾਈ ਜੀ ਕਿ ਮੈਂ ਇੱਕ ਵਾਰੀ ਉਹਨਾਂ ਨੂੰ ਵੀ ਆਪਾਂ ਇੱਕ ਵਾਰੀ ਉਹ ਵੀ ਸਤਿ ਸ਼੍ਰੀ ਅਕਾਲ ਬੁਲਾਉਣ ਆ ਕੇ। ਬਿਲਕੁਲ ਬਿਲਕੁਲ ਬਿਲਕੁਲ, ਮੈਨੂੰ ਕਿਸੇ ਬੰਦੇ ਨੇ ਇਹ ਕਿਹਾ ਹੋਇਆ ਸੀਗਾ ਕਿ ਬਾਈ 3-4-5 ਲੱਖ ਦੀ ਜਦੋਂ ਵੀ ਕਦੇ ਜ਼ਰੂਰਤ ਹੋਈ ਕਿਸੇ ਪ੍ਰੋਜੈਕਟ ਤੇ ਲਾਉਣਾ ਹੋਇਆ ਤਾਂ ਦੱਸੀ, ਬਸ ਸਾਡਾ ਇੱਕ ਯੂਟਿਊਬ ਚੈਨਲ ਤੁਸੀਂ ਖੜਾ ਕਰਕੇ ਦੇ। ਜਦੋਂ ਸਾਡੇ ਕੋਲ ਇਹ ਮੁੱਦਾ ਆਇਆ ਕਿ ਯਾਰ ਆਪਾਂ ਇਸ ਮੁੱਦੇ ਤੇ ਗਾਣਾ ਕਰ ਸਕਦੇ ਹਾਂ, ਮੈਂ ਸਾਰਿਆਂ ਨੂੰ ਆਖਿਆ ਫਿਰ ਆਪਾਂ ਕਰਦੇ ਹਾਂ, ਆਪਣੇ ਕੋਲੇ ਸੋਚ ਵੀ ਹੈਗੀ ਆ, ਮੁੱਦਾ ਵੀ ਹੈਗਾ, ਬਿੱਲੇ ਬਾਈ ਨੇ ਲਿਖਿਆ ਬਹੁਤ ਸੋਹਣਾ, ਤੇ ਅਵਰ ਆਪਣੇ ਕੋਲੇ ਗਾਉਣ ਵਾਲਾ ਹੈਗਾ, ਸਾਰੀ ਆਪਣੇ ਕੋਲੇ ਟੀਮ ਹੈਗੀ, ਆਪਾਂ ਉਹਦਾ 4-5 ਲੱਖ ਦਾ ਬੰਦੇ ਦਾ ਕੀ ਲਗਾਉਣਾ, ਬਹੁਤ ਥੋੜੇ ਜਿਹੇ ਪੈਸਿਆਂ ਚ ਜਿੰਨੇ ਵਿੱਚ ਹੋ ਸਕਦਾ ਹੋਇਆ ਉਹ ਆਪਾਂ ਕਰੀਏ, ਆਪਣੀ ਗੱਲ ਕਹੀ ਜਾਊਗੀ ਤੇ ਅਗਲੇ ਦਾ ਤੱਕ ਚੈਨਲ ਪੈਣ ਹੋਊਗਾ। ਤੇ ਮੈਂ ਉਹਦੇ ਨਾਲ ਗੱਲ ਕੀਤੀ ਤਾਂ ਬਈ ਕਿ ਉਹ ਬੰਦੇ ਪਹਿਲਾਂ ਤਾਂ ਰੈਡੀ ਹੋ ਗਏ, ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਅਸੀਂ ਤਾਂ ਲੋਕਾਂ ਦੇ ਮੁੱਦਿਆਂ ਦੀ ਗੱਲ ਕਰਨ ਲੱਗੇ ਹਾਂ, ਉਹ ਹਾਸੇ ਜਿਹੇ ਚ ਪੈ ਗਏ, ਕਹਿੰਦੇ ਛੱਡੋ ਬਾਈ ਯਾਰ ਇਹੋ ਜਿਹੀਆਂ ਵੀ ਗੱਲਾਂ ਹੁੰਦੀਆਂ ਹੁੰਦੀਆਂ ਕਦੇ। ਫਿਰ 2-4 ਹੋਰ ਬੰਦੇ ਸੀਗੇ ਜਿਹਨਾਂ ਦੇ ਮੈਨੂੰ ਉਮੀਦ ਸੀਗੀ ਕਿ ਯਾਰ ਇਸ ਤੋਂ ਕਈ ਥਾਂ ਤੇ ਬਾਈ ਫੋਨ ਕੀਤੇ ਕਿ ਯਾਰ ਤੁਸੀਂ ਪ੍ਰੋਡਿਊਸ ਕਰ ਲਓ, ਤੁਸੀਂ ਪ੍ਰੋਡਿਊਸ ਕਰ ਲਓ, ਗੱਲ ਚੰਗੀ ਹੈ, ਗੱਲ ਹੋ ਸਕਦੀ ਹੈ, ਕਿਸੇ ਪਾਸਿਓਂ ਕਿਸੇ ਨੇ ਹੱਥ ਨਹੀਂ ਫੜਿਆ। ਤੇ ਫਿਰ ਸਾਡਾ ਇੱਕ ਸੀਗਾ ਕਿ ਕੁਛ, ਕਿਉਂਕਿ ਆਪਣੇ ਬਈ ਜਿਹੜੇ ਮੀਡੀਅਮ ਫੈਮਿਲੀ ਦੇ ਆਪਾਂ ਬੰਦੇ ਹੁੰਦੇ ਹਾਂ, ਛੋਟੇ ਛੋਟੇ ਜਿਹੇ ਸੁਪਨੇ ਹੁੰਦੇ ਆ, ਤੇ ਉਹਨਾਂ ਵਾਸਤੇ ਆਪਾਂ ਕੁਝ ਸੈੱਟ ਕਰਕੇ ਰੱਖਦੇ ਹੁੰਦੇ ਹਾਂ। ਮੇਰੀ ਵਾਈਫ ਹੈ ਅਮਰਤ ਸੰਧੂ, ਇਹ ਕੋਸਟਿਊਮ ਡਿਜ਼ਾਈਨਰ ਨੇ, ਕਾਫੀ ਸਾਰੀਆਂ ਫਿਲਮ ਇਹਨਾਂ ਨੇ ਐਜ ਏ ਕੋਸਟਿਊਮ ਡਿਜ਼ਾਈਨਰ ਕੀਤੀਆਂ ਨੇ। ਸੋ ਇਹਨਾਂ ਦਾ ਇੱਕ ਸੁਪਨਾ ਸੀਗਾ ਕਿ ਮੈਂ ਆਪਣਾ ਇੱਕ ਬੁਟੀਕ ਖੋਲ੍ਹਣਾ ਜਿਹੜਾ ਕਿ ਆਨਲਾਈਨ ਚੱਲੂਗਾ, ਉਹਦੀ ਪ੍ਰਮੋਸ਼ਨ ਕਰਨੀ ਹੈ ਕਮਰਸ਼ੀਅਲੀ, ਉਹ ਸਾਰੀਆਂ ਚੀਜ਼ਾਂ ਵਾਸਤੇ ਇਹਨੇ ਕੁਛ ਰਾਸ਼ੀ ਬਚਾ ਕੇ ਰੱਖੀ ਹੋਈ ਸੀ। ਤੇ ਫਿਰ ਇਹਨੇ ਵਿਚਾਰੀ ਨੇ ਬਲੀਦਾਨ ਦਿੱਤਾ, ਠੀਕ ਹੈ ਵੀ ਤੁਹਾਡਾ ਹੌਸਲਾ ਨਹੀਂ ਟੁੱਟਣਾ ਚਾਹੀਦਾ, ਮੇਰੇ ਸੁਪਨੇ ਹੁੰਦੇ ਰਹਿਣਗੇ। ਨਹੀਂ ਨਹੀਂ ਬਹੁਤ ਵਧੀਆ ਗੱਲ ਦੱਸੀ ਹੈ। ਸੋ ਮੈਂ ਪਹਿਲਾਂ ਤਾਂ ਬੀਬਾ ਜੀ ਦਾ ਸਵਾਗਤ ਕਰਦਾ, ਤੇ ਮੈਂ ਤਾਂ ਪੁੱਛਣ ਹੀ ਲੱਗਿਆ ਸੀ ਪਹਿਲਾਂ ਬਾਈ ਜੀ ਹੋਰਾਂ ਨੂੰ ਵੀ ਹਰ ਕਾਮਯਾਬ ਮਰਦ ਮਗਰ ਇੱਕ ਔਰਤ ਦਾ ਹੱਥ ਹੁੰਦਾ ਜਿਹੜਾ ਕਾਮਨ ਕੁਐਸਚਨ ਆ, ਉਹ ਮੈਂ ਤਾਂ ਹੀ ਨੀ ਪੁੱਛਿਆ ਵੀ ਬੜਾ ਹੀ ਕਾਮਨ ਕੁਐਸਚਨ ਆ ਇਹ। ਸੋ ਬਾਈ ਜੀ ਹੋਰਾਂ ਨੇ ਤਾਂ ਆਪ ਮੰਨ ਲਿਆ, ਕੈਮਰੇ ਤੇ ਮੰਨਿਆ, ਤੇ ਵਾਕਈ ਤੁਸੀਂ ਵਧਾਈ ਦੇ ਪਾਤਰ ਹੋ ਜੀ। ਸੋ ਪਹਿਲਾਂ ਤੁਸੀਂ ਤੁਹਾਡੇ ਨਾਂ ਤੋਂ ਸ਼ੁਰੂ ਕਰਿਓ। ਹਾਂਜੀ ਬਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਬਾਈ, ਮੇਰਾ ਨਾਮ ਅੰਮ੍ਰਿਤ ਸੰਧੂ ਸਿੱਧੂ ਆ। ਜੀ ਜੀ ਅੰਮ੍ਰਿਤ ਜੀ, ਗੱਲ ਇਹ ਆ ਵੀ ਤੁਸੀਂ ਫੈਸ਼ਨ ਡਿਜ਼ਾਈਨਿੰਗ ਦਾ ਤਾਂ ਜਿਵੇਂ ਬਾਈ ਜੀ ਹੋਰਾਂ ਨੇ ਦੱਸਿਆ, ਤੇ ਪਰ ਤੁਸੀਂ ਇੱਕ ਆਰਟਿਸਟ ਹੀ ਆ ਕਹੂੰਗਾ ਮੈਂ ਤਾਂ, ਇੱਕ ਬਾਈ ਸਿੱਧੂ ਸਾਹਿਬ ਤੇ ਇਹਨਾਂ ਨਾਲ ਜੁੜੇ ਹੋ, ਤੇ ਤੁਹਾਨੂੰ ਕੋਈ ਆਰਟ ਦਾ ਸ਼ੌਕ ਸੀ ਪਹਿਲਾਂ? ਅਸੀਂ ਮੈਂ ਪਹਿਲਾਂ ਬੀਐਸਸੀ ਆਫ ਫੈਸ਼ਨ ਡਿਜ਼ਾਈਨਿੰਗ ਕੀਤੀ ਆ, ਫਿਰ ਉਸ ਤੋਂ ਬਾਅਦ ਐਮਏ ਥੀਏਟਰ ਕੀਤਾ ਹੈ, ਤਾਂ ਮੇਰਾ ਮਤਲਬ ਫੀਲਡ ਵੀ ਆਰਟ ਲਾਈਨ ਨਾਲ ਹੀ ਜੁੜਿਆ ਹੋਇਆ। ਜੀ ਸੋ ਬਹੁਤ ਵਧੀਆ ਜੀ, ਤੇ ਕਿਵੇਂ ਲੱਗਿਆ ਜਿਹੜੇ ਗੋਜੀ ਦੇ ਪੈਸੇ ਦੇ ਕੇ? ਮੈਨੂੰ ਬਹੁਤ ਵਧੀਆ ਫੀਲ ਹੋਇਆ, ਕਿਉਂਕਿ ਮੈਨੂੰ ਲੱਗਿਆ ਕਿ ਜਿਹੜਾ ਮੈਂ ਆਪਣਾ ਇੱਕ ਸੁਪਨਾ ਸੋਚਿਆ ਸੀਗਾ ਕਿ ਉਹ ਤਾਂ ਪੂਰੀ ਲਾਈਫ ਪਈ ਆ, ਕਦੇ ਵੀ ਕਰ ਸਕਦੀ ਹਾਂ, ਬਟ ਜਿਹੜਾ ਇੱਕ ਆਹ ਸੁਪਨਾ ਹੈ ਜਿਹੜਾ ਮੇਰੇ ਹਸਬੈਂਡ ਨੇ ਦੇਖਿਆ, ਕਿਉਂਕਿ ਏਦਾਂ ਦਾ ਕੰਮ ਕਰਨ ਦਾ ਹੌਸਲਾ ਕਦੇ ਕਦੇ ਹੀ ਪੈਂਦਾ ਹੁੰਦਾ, ਹਨਾ, ਔਰ ਇੱਕ ਵਾਰੀ ਜੇ ਅਗਰ ਇਹ ਹੌਸਲਾ ਟੁੱਟ ਜੇ ਫਿਰ ਬਹੁਤ ਮੁਸ਼ਕਿਲ ਆ ਦੁਬਾਰਾ ਤੋਂ ਲਿਆਉਣਾ, ਔਰ ਇਸ ਕਰਕੇ ਮੈਨੂੰ ਲੱਗਿਆ ਕਿ ਨਹੀਂ, ਜਿਹੜਾ ਹੁਣ ਕਦਮ ਅਸੀਂ ਚੁੱਕ ਲਿਆ ਉਹਦੇ ਪਿੱਛੇ ਨੀ ਹਟਣਾ, ਚਾਹੇ ਕੁਛ ਵੀ ਹੋ ਜਾਵੇ। ਫਿਰ ਮੈਂ ਕਿਹਾ ਨਹੀਂ ਆਪਾਂ ਕਰਦੇ ਹਾਂ, ਕੋਈ ਚੱਕਰ ਹੀ ਨਹੀਂ। ਨਹੀਂ ਬਹੁਤ ਵਧੀਆ ਤੁਸੀਂ ਡਿਸੀਜਨ ਲਿਆ ਜੀ, ਤੇ ਜਦੋਂ ਇੱਕ ਔਰਤ ਦੇ ਔਰਤ ਏਦਾਂ ਮਰਦ ਦੇ ਮਗਰ ਆ ਕੇ ਖਲੋ ਜਾਵੇ ਨਾ, ਤੇ ਉਹਦਾ ਹੌਸਲਾ ਹੀ ਡਬਲ ਹੋ ਜਾਂਦਾ। ਤੇ ਦੂਜੀ ਇਹ ਆ ਵੀ ਜਿਹੜਾ ਕਲਾਕਾਰ ਲੋਕ ਹੁੰਦੇ, ਅਸੀਂ ਵੀ ਉਹਨਾਂ 'ਚ ਆਉਣੇ ਆ ਜਿਹੜੇ ਕਹਿੰਦੇ ਨੀ ਕੁਆਲਿਟੀ ਕਲਾਕਾਰ ਦੀ ਗੱਲ ਜੇ ਕਰੀਏ ਤਾਂ ਉਹ ਆਪਦੀ ਜੇਬ 'ਚ ਵੀ ਨੀ ਕੁਛ ਰਹਿਣ ਦਿੰਦਾ ਹੁੰਦਾ ਤੇ ਨਾਲ ਵਾਲੇ ਦੀ ਜੀ ਨੀ ਰਹਿਣ ਦਿੰਦਾ ਹੁੰਦਾ, ਇਹਦਾ ਤਾਂ ਮੇਰਾ ਨਿੱਜੀ ਤਜਰਬਾ। ਪਰ ਮੈਂ ਇੱਥੇ ਦੱਸਦਿਆਂ ਜੀ ਵੀ ਤੁਸੀਂ ਜਿਹੜੀ ਇਹ ਗੱਲਬਾਤ ਕਹੀ ਆ, ਹੋਰ ਤਾਂ ਕੋਈ ਦੇਖੇ ਨਾ ਦੇਖੇ, ਮੈਂ ਆਪਣੇ ਘਰ ਆਈ ਨੂੰ ਜ਼ਰੂਰ ਦਿਖਾਊਂਗਾ, ਉਹਨਾਂ ਨੂੰ ਵੀ ਕਹੂੰਗਾ ਵੀ ਗੋਜੀ ਵਾਲੇ ਪੈਸੇ ਕੱਢੋ ਭਾਈ, ਕਿਉਂਕਿ ਸਾਡਾ ਵੀ ਜਿਹੜੇ ਸਦਾ ਹੀ ਸੂਈ ਰਿਜ਼ਰਵ 'ਚ ਨਹੀਂ ਹੁੰਦੀ ਜਿਹੜੀ, ਉਹ ਰਿਜ਼ਰਵ 'ਚ ਹੀ ਰਹਿੰਦੀ ਆ। ਸੋ ਉਹਨਾਂ ਤੋਂ ਮੈਂ ਵੀ ਲਊਂਗਾ ਪੈਸੇ, ਹੁਣੇ ਵੀਡੀਓ ਦਿਖਾ ਕੇ, ਹੁਣ ਬਹਾਨਾ ਨਹੀਂ ਹੋ ਗਿਆ ਮੇਰੇ ਕੋਲੇ ਵੀ ਦੇਖੋ ਵੀ ਭਾਈ ਜਦੋਂ ਸਿੱਧੂ ਸਾਹਿਬ ਹੋ ਰਹੇ ਸਾਰੇ ਮਿਲ ਕੇ ਚੱਲ ਸਕਦੇ ਤਾਂ ਅਸੀਂ ਕਿਉਂ ਨਹੀਂ ਚੱਲ ਸਕਦੇ। ਸੋ ਬਹੁਤ ਵਧਾਈ ਦੇ ਪਾਤਰ ਹੋ ਬੀਬਾ ਜੀ, ਤੁਸੀਂ ਸਾਰੀ ਟੀਮ ਵਧਾਈ ਦੀ ਪਾਤਰ ਆ, ਬੜਾ ਚੰਗਾ ਲੱਗਿਆ ਤੁਹਾਡੇ ਸਾਰਿਆਂ ਨਾਲ ਗੱਲ ਕਰਕੇ,
ਕੋਈ ਨਾ ਜੇ ਕੋਈ ਵੀ ਕਿਸੇ ਵੀ ਪ੍ਰੋਜੈਕਟ ਤੇ ਕਦੋਂ ਵੀ ਕੋਈ ਨਾ ਖੜੇ ਤਾਂ ਅਸੀਂ ਜ਼ਰੂਰ ਖੜੇ ਹਾਂ, ਭਾਵੇਂ ਸਾਡੇ ਕੋਲੇ ਇੰਨੇ ਸਾਧਨ ਨਹੀਂ, ਸਾਡੇ ਕੋਲੇ ਵੱਡੇ ਜਿਹੜੇ ਸਰਕਲ ਨਹੀਂ, ਜਿੰਨੇ ਜੋਗੇ ਹੈਗੇ ਉਨੇ ਅਸੀਂ ਖੜੇ ਹਾਂ ਚੰਗੇ ਪ੍ਰੋਜੈਕਟਾਂ ਲਈ ਹਰ ਟਾਈਮ। ਜਦੋਂ ਅੱਧੀ ਰਾਤ ਯਾਦ ਕਰਿਓ ਪਿੰਡ ਆਸਟ੍ਰੇਲੀਆ ਦੀ ਟੀਮ ਜਿੰਨਾ ਸਹਿਯੋਗ ਦੇ ਸਕਦੀ ਹੈ ਜ਼ਰੂਰ ਦੇਊਗੀ, ਤੇ ਚੰਗੇ ਭਵਿੱਖ ਦੀ ਕਾਮਨਾ। ਜਾਂਦੇ ਜਾਂਦੇ ਸਾਡੇ ਦਰਸ਼ਕਾਂ ਨੂੰ ਜੋ ਵੀ ਸੁਨੇਹਾ ਦੇਣਾ ਚਾਹੁੰਦਾ। ਹਾਂ, ਗੀਤ ਬਾਈ ਦਾ ਗੀਤ ਵੀ ਸੁਣਾਉਣਾ ਤੇ ਨਾਲ। ਹਾਂ ਭਾਜੀ, ਮੈਂ ਤੁਹਾਨੂੰ ਨਿਊਜ਼ ਇੱਕ ਕੀਤੀ ਸੀ ਸੈਂਡ, ਖੇਤੀ ਆਰਡੀਨੈਂਸ ਤੇ ਉਹ ਹੁਕਮ ਜਾਰੀ ਹੋ ਚੁੱਕਿਆ ਜੀ ਹਾਕਮਾਂ ਵੱਲੋਂ ਕਿ ਆਪਣੀ ਜ਼ਮੀਨਾਂ ਤਾਂ ਗਈਆਂ ਹਨ, ਇਹ ਤਾਂ ਉਹਨਾਂ ਨੇ ਖੋਹੀ ਲੈਣੀਆਂ ਹੈਗੀਆਂ, ਤਾਂ ਸ਼ਾਇਦ ਜਾਗ ਪੈਣ ਲੋਕ। ਤਾਂ ਉਹ ਖੇਤੀ ਵਾਲਾ ਪੈਰਾ ਭਾਜੀ ਸੁਣਾਊਂਗਾ ਮੈਂ। ਨਿਮਟ ਰਹੀ ਨਾ ਨਿਮਟਾਂ ਦੀ ਕੋਈ ਅੱਧੀ ਧਰਤੀ ਗਹਿਣੇ ਹਾਂ, ਜੱਟ ਦੀ ਕਿਸਮਤ ਸ਼ਾਇਦ ਹੀ ਬਦਲੇ ਰਾਜ ਬਦਲਦੇ ਰਹਿਣੇ ਹਾਂ। ਡੂੰਘੇ ਸੰਸਕ੍ਰਿਤ ਵਿੱਚ ਕਿਰਸਾਨੀ ਛੱਡ ਕੇ ਤੁਰ ਗਈ ਦੇਸ਼ ਜਵਾਨੀ, ਜਾ ਕੇ ਮੱਲੀ ਧਰਤ ਬਗਾਨੀ, ਗੱਭਰੂ ਲੱਭਦੇ ਨਹੀਂ ਉਹ ਟੋਲੇ ਬਈ ਬੰਦੀ ਹਾਂ ਬੋਲੇ, ਉਹ ਬੋਲੇ ਬਈ ਬੰਦੀ ਹਾਂ ਬੋਲੇ। ਬਹੁਤ ਖੂਬ ਜੀ, ਤੇ ਅਸੀਂ ਇਸ ਸ਼ੋਅ ਦੇ ਨਾਲ ਡਿਸਕ੍ਰਿਪਸ਼ਨ ਦੇ ਵਿੱਚ ਇਸ ਗੀਤ ਦਾ ਲਿੰਕ ਵੀ ਪਾਉਣ ਜਾ ਰਹੇ ਹਾਂ, ਤੇ ਤੁਸੀਂ ਬਾਈ ਅਬਰ ਬਰਾੜ ਲਿਖ ਕੇ ABAR ਅਬਰ ਬਰਾੜ ਲਿਖ ਕੇ ਵੀ ਤੁਸੀਂ ਇਹਨਾਂ ਨੂੰ ਯੂਟਿਊਬ ਦੇ ਉੱਤੇ ਲੱਭ ਸਕਦੇ ਹੋ। ਮੈਂ ਬੇਨਤੀ ਕਰਨੀ ਚਾਹੂੰਗਾ ਵੀ ਪਲੀਜ਼ ਇੱਕ ਯੂਟਿਊਬ ਜਿਹੜਾ ਇੱਕ ਜ਼ਰੀਆ ਜਿੱਥੇ ਤੁਸੀਂ ਆਪਣੀ ਇੱਕ ਯੂਨਿਟੀ ਦਿਖਾ ਕੇ ਉਹਦੇ ਵਿਊਜ਼ ਦਿਖਾ ਕੇ ਕੁਛ ਅੱਗੇ ਤਰੱਕੀ ਕਰ ਸਕਦਾ ਹੁੰਦਾ ਕੋਈ ਵੀ ਕਲਾਕਾਰ। ਸੋ ਐਂ ਨਾ ਕਰਿਆ ਕਰੋ, ਉੱਥੋਂ ਡਾਊਨਲੋਡ ਕਰਕੇ ਫੇਸਬੁੱਕ ਤੇ ਪਾ ਦਿੰਦੇ ਹੋ ਜਾਂ ਕਿਸੇ ਵਟਸਐਪ ਤੇ ਪਾ ਦਿੰਦੇ ਹੋ, ਉਹ ਚੀਜ਼ਾਂ ਦਾ ਕੋਈ ਵੀ ਬੈਨੀਫਿਟ ਨਹੀਂ ਕਿਸੇ ਨੂੰ ਵੀ ਹੋਣ ਵਾਲਾ। ਸੋ ਬੇਨਤੀ ਆ, ਓਰਿਜਿਨਲ ਜਿਹੜਾ ਸੌਂਗ ਜਿਵੇਂ ਅੱਗੇ ਸੀ CD ਖਰੀਦਦੇ, ਟੇਪ ਖਰੀਦਦੇ, ਹੁਣ ਜੇ ਤੁਸੀਂ ਯੂਟਿਊਬ ਦੇ ਉੱਤੇ ਦੇਖੋਗੇ ਤੇ ਉੱਥੇ ਸ਼ੇਅਰ ਕਰੋਗੇ ਤਾਂ ਥੋੜਾ ਬਹੁਤ ਤਾਂ ਬੈਨੀਫਿਟ ਜਿਹੜਾ ਆਰਟਿਸਟ ਨੂੰ ਜਾਂਦਾ ਹੈਗਾ, ਟੀਮ ਨੂੰ ਜਾਂਦਾ। ਸੋ ਤੁਹਾਡੇ ਸਭ ਅੱਗੇ ਗੁਜ਼ਾਰਿਸ਼ ਆ ਜੀ, ਇਸ ਪ੍ਰੋਗਰਾਮ ਦੇ ਜਿਹੜਾ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਅਸੀਂ ਲਿੰਕ ਲਾ ਦਿੰਦੇ ਹਾਂ, ਤੇ ਉਹਦੇ ਤੇ ਤੁਸੀਂ ਜ਼ਰੂਰ ਜਾ ਕੇ ਗੀਤ ਸੁਣਿਓ। ਤੁਹਾਨੂੰ ਮੈਂ ਗਰੰਟੀ ਕਰਦਾ ਵੀ ਗੀਤ ਜਿੰਨਾ ਸਮਾਂ ਜੇ ਥੋੜਾ ਮੁੱਲ ਨਾ ਮੁੜਿਆ ਤਾਂ ਮੈਨੂੰ ਜਿਹੜਾ ਬਿੱਲ ਭੇਜ ਦਿਓ, ਮੈਂ ਪੇ ਕਰੂੰਗਾ। ਸੋ ਬਹੁਤ ਮਿਹਰਬਾਨੀ ਜੀ ਸਾਰੀ ਟੀਮ ਦੀ ਸਾਡੇ ਨਾਲ ਜੁੜੇ, ਤੇ ਉਮੀਦ ਆ ਅੱਗੇ ਵੀ ਕੋਈ ਵੱਡਾ ਪ੍ਰੋਜੈਕਟ ਜ਼ਿੰਦਗੀ ਜਿੰਦਾਬਾਦ ਨਾਂ ਦੇ ਮੈਨੂੰ ਲੱਗਦਾ ਤੁਹਾਡੀ ਫਿਲਮ ਆ ਰਹੀ ਆ, ਤੇ ਉਹਦੇ ਉਹਦੇ ਨਾਲ ਵੀ ਸਾਨੂੰ ਜ਼ਰੂਰ ਜੋੜਿਓ ਜਿੰਨੇ ਜੋਗੇ ਖੜਾਂਗੇ ਨਾਲ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਮਿਹਰਬਾਨੀ ਬਾਈ, ਬਹੁਤ ਬਹੁਤ ਮਿਹਰਬਾਨੀ ਬਾਈ, ਹੌਸਲਾ ਦੁੱਗਣਾ ਹੋਇਆ ਜੀ ਤੁਹਾਡੇ ਨਾਲ ਗੱਲ ਕਰਕੇ, ਬਹੁਤ ਜ਼ਿਆਦਾ ਵਧੀਆ ਲੱਗਿਆ ਬਾਈ, ਬਹੁਤ ਬਹੁਤ ਧੰਨਵਾਦ। ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ।